ਅੱਗ ਅੰਨ੍ਹੀ ਹੈ, ਜ਼ਾਲਮ ਹੈ ਮੂੰਹ ਜ਼ੋਰ ਹੈ, ਇਹ ਨਾ ਸਮਝੀ ਕਿ ਬਲਦਾ ਕੋਈ ਹੋਰ ਹੈ। ਬਾਪੂ ਤੇਜਵੰਤ ਮਾਨ ਹੁਣਾ ਨਾਲ ਹਿੰਦੀ ਦਿਵਸ ਦੇ ਉੱਤੇ ਜਿਹੜਾ ਦੁਰਵਿਹਾਰ ਹੋਇਆ ਉਹਦੇ ਪ੍ਰਤੀ ਕਿਸੇ ਨੇ ਤੁਹਾਡੇ ਤੋਂ ਸਵਾਲ ਨਹੀਂ ਪੁੱਛਿਆ, ਮਤਲਬ ਕੀ ਵਿਚਾਰ ਆਉਂਦੇ ਨੇ ਤੁਹਾਡੇ ਮਨ 'ਚ ਉਸ ਹਾਦਸੇ ਨੂੰ ਲੈ ਕੇ, ਉਸ ਘਟਨਾ ਨੂੰ ਲੈ ਕੇ? ਉਹ ਹਿੰਦੀ ਲਾਗੂ ਕਰਨ ਦੀ ਗੱਲ ਕਰਦੀਆਂ ਸੀ ਜਾਂ ਜੋ ਰਾਸ਼ਟਰਵਾਦ ਦਾ ਇੱਕ ਖੋਖਲਾ ਜੋ ਨਾਰਾ ਸਾਡੇ 'ਤੇ ਥੋਪਣਾ ਚਾਹੁੰਦੀਆਂ ਨੇ, ਬਿਲਕੁਲ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਸੀ। ਰਾਜਨੀਤਿਕ ਹਾਲਾਤ ਹੁੰਦੇ ਆ ਜਿਹੜੇ, ਆਰਥਿਕ ਹਾਲਾਤ ਹੁੰਦੇ ਆ ਜਿਹੜੇ, ਉਹ ਮੀਂਹ ਵਾਂਗ ਵਰਦੇ ਨੇ ਬਿਲਕੁਲ, ਅਤੇ ਮੀਂਹ ਤੋਂ ਤੁਸੀਂ ਬਚ ਨਹੀਂ ਸਕਦੇ। ਲੋਕੇ ਇਹੋ ਗਿੱਦੜ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਇਹਨਾਂ ਗੱਲਾਂ ਨਾਲ ਕੀ ਤਾਲਕ, ਉਹਨੂੰ ਵੀ ਸਭ ਦਾ ਸਾਂਝਾ ਨਹੀਂ ਰਹਿਣ ਦਿੱਤਾ। 84 ਦੇ ਟਾਈਮ ਦੇ ਵਿੱਚ ਮੈਨੂੰ 2 ਵਾਰੀ ਪੁਲਿਸ ਨੇ ਚੱਕ ਲਿਆ ਸੀ। ਤੁਹਾਡੇ ਮਨ 'ਚ ਇਹ ਸ਼ਿਕਵਾ ਕਿਤੇ ਨਾ ਕਿਤੇ ਹੈ, ਕਿਉਂਕਿ ਅੱਜ ਕੱਲ੍ਹ ਦੇ ਬਹੁਤ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਸ਼ਿਕਵਾ ਹੈ ਕਿ ਉਹਨਾਂ ਨੂੰ ਆਪਣਾ ਜਿਹੜਾ ਮਿਹਨਤ ਦਾ ਮੁੱਲ ਉਸ ਕਦਰ ਨਹੀਂ ਮਿਲਿਆ ਜਿੰਨਾ ਪੈਸਾ ਉਹਨਾਂ ਦੇ ਗਾਏ ਹੋਏ ਗੀਤਾਂ ਤੋਂ ਗਾਇਕਾਂ ਨੇ ਕਮਾਇਆ ਹੈ। ਪੁਰਾਣੇ ਗੀਤਕਾਰਾਂ ਨੂੰ ਕੀ ਕਰਦੇ ਹੁੰਦੇ ਸੀਗੇ, ਇਹਨੂੰ ਪਊਆ ਦੇ ਕੇ ਕੋਠੇ 'ਤੇ ਚੜ੍ਹਾ ਦਿਓ, ਚੁਬਾਰੇ 'ਚ ਗੀਤ ਲਿਖਾ ਲਓ। ਸਿੱਲੀ ਸਿੱਲੀ ਹਵਾ ਬਾਰੇ ਵੀ ਲੋਕ ਲਿਖ ਦਿੰਦੇ ਆ, ਲਈ ਸਾਨੂੰ ਅੱਜ ਪਤਾ ਲੱਗਿਆ ਜੀ ਤੁਹਾਡਾ। ਉਹ ਫਿਲਮ ਦੇਖਦੇ ਆ ਤਾਂ ਆਖਣਗੇ ਗਿੱਪੀ ਗਰੇਵਾਲ ਦੀ ਫਿਲਮ ਆਈ ਆ, ਦਲਜੀਤ ਦੀ ਫਿਲਮ ਆਈ ਆ, ਸ਼ਾਹਰੁਖ ਦੀ ਫਿਲਮ ਆਈ, ਉਹ ਡਾਇਰੈਕਟਰ ਨੂੰ ਜਾਣਦੇ ਹੀ ਨਹੀਂ। ਦੂਸਰੀ ਗੱਲ, ਜਦੋਂ ਇੰਡਸਟਰੀ ਲਿਸਟ ਆ ਜਿਹੜੇ, ਉਹਨਾਂ ਦੇ ਹੱਥ ਤੁਸੀਂ ਸਾਰਾ ਦੇਸ਼ ਵੇਚਤਾ ਸਰਕਾਰ ਨੇ। ਉਦਾਸੀ ਸਾਹਿਬ ਦਾ ਗੀਤ ਆ, ਅਸੀਂ ਤੋੜੀਆਂ ਗੁਲਾਮੀ ਦੀਆਂ ਬੇੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ, ਕਹਿਣੇ ਸਾਡਾ ਦੇਸ਼ ਨਾ ਧਰੇ ਪਰ ਧਰਤਾ ਕਹਿਣ। ਅੱਜ ਬਾਬਾ ਜੀ ਦੀ ਮਿਹਰ ਨਾਲ ਆ ਗੱਡੀ ਲੈ ਲਈ, ਉਹਦੀ ਚਾਬੀ ਫੜ ਕੇ ਤੁਸੀਂ ਫੋਟੋ ਖਿਚਾ ਰਹੇ ਹੋ, ਕੀ ਪ੍ਰਾਪਤੀ ਹੈ ਰਹੇ, ਇਹ ਗੱਲ ਦਾ ਕੀ ਮਤਲਬ? ਕੋਈ ਕਹਿੰਦਾ ਮੁੰਡਾ ਖਰਾਬ ਹੋ ਗਿਆ ਜੀ, ਇਹਦਾ ਵਿਆਹ ਕਰ ਦਿਓ, ਲੈ ਦੱਸੋ ਕੋਈ ਧਰਮ ਨੂੰ ਵੇਚ ਰਿਹਾ, ਕੋਈ ਰਾਜਨੀਤੀ ਨੂੰ ਵੇਚ ਰਿਹਾ, ਉਵੇਂ ਹੀ ਜਿਵੇਂ ਕੋਈ ਜ਼ਮੀਨ ਨੂੰ ਵੇਚ ਰਿਹਾ ਅਤੇ ਕੋਈ ਜ਼ਮੀਰ ਨੂੰ ਵੇਚ ਰਿਹਾ। ਕਦੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਾ ਕੇ ਕਰਦੇ ਹੋ, ਤੁਸੀਂ ਆ ਜਾਓ ਯਾਰ, ਇਹ ਕੀ ਗੱਲ ਆ? Press the bell icon and never miss a video from newsnumber.com. News number ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰੁਪਿੰਦਰ ਸੰਧੂ ਤਹਿ ਦਿਲੋਂ ਸਵਾਗਤ ਕਰਦੀ ਹਾਂ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹੀਏ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ 'ਤੇ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੁੰਦਾ ਹੈ। ਅੱਜ ਜੋ ਸ਼ਖਸੀਅਤ ਸਾਡੇ ਵਿਚਕਾਰ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਇੱਕ ਕਵੀ ਦੇ ਤੌਰ 'ਤੇ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਗੀਤਕਾਰੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੋਇਆ ਹੈ। ਜੇਕਰ ਉਹਨਾਂ ਦੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਵੀ ਉਹਨਾਂ ਦੇ ਕੱਦ ਦੇ ਬਰਾਬਰ ਜਿਹੜੇ ਗੀਤਕਾਰ ਉਹ ਨਾ ਮਾਤਰ ਹੀ ਸਾਨੂੰ ਦਿਸਦੇ ਨੇ। ਥੋੜ੍ਹਾ ਸਮਾਂ ਪਹਿਲਾਂ ਹੀ ਉਹਨਾਂ ਨੇ ਫਿਲਮ ਮੇਕਿੰਗ ਵੱਲ ਆਪਣਾ ਰੁਝਾਨ ਵਧਾਇਆ ਤਾਂ ਲਘੂ ਫਿਲਮਾਂ ਦੀ ਸ਼ੁਰੂਆਤ ਕਰਨ ਵਾਲੇ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਪਹਿਲੇ ਫਿਲਮਕਾਰ ਮੰਨੇ ਜਾਂਦੇ ਨੇ ਅਤੇ ਹੁਣੇ ਤਕਰੀਬਨ ਸਾਲ ਕੁ ਪਹਿਲਾਂ ਆਈ ਫਿਲਮ ਜੋਰਾ 10 ਨੰਬਰੀਆ ਰਾਹੀਂ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕੁਝ ਵੱਖਰੇ ਵਿਸ਼ਿਆਂ ਨੂੰ ਛੋਹਣ ਦਾ ਇੱਕ ਰੁਝਾਨ ਦਿੱਤਾ ਅਤੇ ਅੱਜ ਵੀ ਉਹ ਆਪਣੇ ਇਸ ਖੇਤਰ ਵਿੱਚ ਲਗਾਤਾਰ ਵੱਧ ਰਹੇ ਨੇ। ਅੱਜ ਆਪਾਂ ਗੱਲ ਕਰਾਂਗੇ ਸਰਦਾਰ ਅਮਰਦੀਪ ਸਿੰਘ ਗਿੱਲ ਹੋਰਾਂ ਨਾਲ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਨਿਊਜ਼ ਨੰਬਰ 'ਤੇ। ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਤੁਸੀਂ ਸਾਡੇ ਵਿਚਕਾਰ ਹੋ। ਬਹੁਤ ਧੰਨਵਾਦ ਤੁਹਾਡਾ, ਦੇਖਣ ਵਾਲਿਆਂ ਦਾ ਵੀ ਬਹੁਤ ਧੰਨਵਾਦ। ਮੇਰਾ ਸਭ ਤੋਂ ਪਹਿਲਾ ਸਵਾਲ ਕਿ ਬਹੁਤ ਛੋਟੀ ਉਮਰ 'ਚ ਤੁਸੀਂ ਤਕਰੀਬਨ 8 ਸਾਲ ਦੀ ਉਮਰ 'ਚ ਸੁਪਨਾ ਵੇਖ ਰਿਹਾ ਸੀ ਕਿ ਮੈਂ ਇੱਕ ਫਿਲਮਕਾਰ ਬਣਨਾ ਹੈ, ਪਰ ਉਸ ਤੋਂ ਬਾਅਦ ਤੁਸੀਂ ਕਵੀ ਦੇ ਤੌਰ 'ਤੇ ਸਥਾਪਿਤ ਹੋਏ, ਫਿਰ ਤੁਸੀਂ ਗੀਤਕਾਰ ਬਣੇ, ਫਿਲਮਕਾਰ ਤੱਕ ਪਹੁੰਚਦਿਆਂ ਪਹੁੰਚਦਿਆਂ ਤਕਰੀਬਨ 40 ਸਾਲ ਦਾ ਜਿਹੜਾ ਵਕਫਾ ਪੈ ਗਿਆ, ਇਸ ਇੰਨੀ ਦੇਰੀ ਦਾ ਮਤਲਬ ਕੀ ਕਾਰਨ ਸੀ? ਕੋਈ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਕਿ ਜ਼ਾਤੀ ਤੌਰ 'ਤੇ ਤੁਸੀਂ ਇੰਨੇ ਜ਼ਿਆਦਾ ਮਤਲਬ ਸੁਖੀ ਜਾਂ ਆਰਥਿਕ ਤੌਰ 'ਤੇ ਇੰਨੇ ਜ਼ਿਆਦਾ ਅਮੀਰ ਨਹੀਂ ਹੋ, ਕਿ ਇਹੀ ਕਾਰਨ ਸੀ ਜਾਂ ਕੁਝ ਹੋਰ ਕਾਰਨ ਨੇ ਜਿਹੜੇ ਨਾਲ ਜੁੜਦੇ ਗਏ?
ਅਸਲ ਦੇ ਵਿੱਚ ਜਿਹੜੀਆਂ ਮੰਜ਼ਲਾਂ ਵੱਧ ਮਹੱਤਵਪੂਰਨ ਹੁੰਦੀਆਂ ਨੇ, ਜਿਹੜੀਆਂ ਮੰਜ਼ਲਾਂ ਵੱਡੀਆਂ ਹੁੰਦੀਆਂ ਨੇ, ਜਿਹੜੀਆਂ ਮੰਜ਼ਲਾਂ ਉੱਚੀਆਂ ਹੁੰਦੀਆਂ ਨੇ, ਉਹਨਾਂ ਦੇ ਰਾਹ ਵਿਚਲਾ ਜਿਹੜਾ ਸਫ਼ਰ ਆ ਉਹ ਬਹੁਤ ਲੰਮੇਰਾ ਹੁੰਦਾ। ਤੁਸੀਂ ਜਿੱਥੇ ਪੈਦਾ ਹੁੰਦੇ ਹੋ, ਤੁਹਾਡੇ ਸਾਧਨ ਤੁਹਾਡੇ ਕੋਲ ਕਿਹੋ ਜਿਹੇ ਨੇ, ਤੁਹਾਡੀ ਮਿਹਨਤ ਕਿੰਨੀ ਆ, ਤੁਹਾਡੀ ਲਗਨ ਕਿੰਨੀ ਆ, ਜਾਂ ਤੁਸੀਂ ਕਿਸ ਤਰੀਕੇ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕੇਂਦਰਿਤ ਹੋ, ਜਾਂ ਤੁਸੀਂ ਉਸ ਮੰਜ਼ਿਲ ਨੂੰ ਕਿਸ ਅਰਥਾਂ 'ਚ ਦੇਖਦੇ ਹੋ। ਕੀ ਤੁਸੀਂ ਕੋਈ ਵਪਾਰ ਦੇ ਤੌਰ 'ਤੇ ਦੇਖਦੇ ਹੋ ਕਿ ਜੇ ਆਹ ਕੰਮ ਮੈਂ ਕਰਨ ਲੱਗ ਜਾਂ ਤਾਂ ਪੈਸੇ ਬਹੁਤ ਆਉਣਗੇ, ਜਾਂ ਕੋਈ ਤੁਸੀਂ ਕਲਾਤਮਕ ਸੰਤੁਸ਼ਟੀ ਦੇ ਪੱਧਰ 'ਤੇ ਦੇਖਦੇ ਹੋ। ਜਦੋਂ ਤੁਸੀਂ ਕਲਾਤਮਕ ਸੰਤੁਸ਼ਟੀ ਦੇ ਪੱਧਰ 'ਤੇ ਦੇਖਦੇ ਹੋ ਤਾਂ ਤੁਹਾਡਾ ਜਿਹੜਾ ਸਫ਼ਰ ਆ ਉਹ ਲਮੇਰਾ ਹੀ ਹੁੰਦਾ। ਬਿਜ਼ਨਸ ਆ ਜੇ ਤੁਸੀਂ ਕਰਨਾ ਤਾਂ ਸ਼ਾਇਦ ਤੁਹਾਡਾ ਸਾਲ ਦੋ ਸਾਲਾਂ ਦੇ ਵਿੱਚ ਸੈੱਟ ਹੋ ਜੇ, ਪਰ ਇੱਕ ਕਲਾਤਮਕ ਸੰਤੁਸ਼ਟੀ ਆ ਜਿਹੜੀ ਉਸ ਪੱਧਰ 'ਤੇ ਪਹੁੰਚਣ ਦੀ, ਉਹਨੂੰ 40 ਸਾਲ ਵੀ ਲੱਗ ਸਕਦੇ ਨੇ। ਮੈਂ ਆਪਣੇ ਆਪ ਨੂੰ ਬਹੁਤ ਹੀ ਵੱਡ ਭਾਗਾ ਸਮਝਦਾ ਕਿ ਮੈਂ ਜਿਹੜਾ ਸੁਪਨਾ 7-8 ਸਾਲ ਦੀ ਉਮਰ 'ਚ ਦੇਖਿਆ ਸੀ ਉਹ 50 ਸਾਲ ਦੀ ਉਮਰ 'ਚ ਪੂਰਾ ਤਾਂ ਕਰ ਲਿਆ। ਕਿੰਨੇ ਕੁ ਲੋਕ ਨੇ ਜਿਨ੍ਹਾਂ ਦਾ ਇਹ ਸੁਪਨਾ ਪੂਰਾ ਹੁੰਦਾ, ਇੱਥੋਂ ਤੱਕ ਕਿ ਮੇਰੇ ਨਾਲ ਦੇ ਮੇਰੇ ਦੋਸਤ ਜਿਹੜੇ ਫਿਲਮਕਾਰ ਬਣਨਾ ਚਾਹੁੰਦੇ ਸੀ, ਜਾਂ ਜਿਹੜੇ ਐਕਟਰ ਬਣਨਾ ਚਾਹੁੰਦੇ ਸੀ, ਜਾਂ ਜਿਹੜੇ ਗਾਇਕ ਬਣਨਾ ਚਾਹੁੰਦੇ ਸੀ, ਉਹ ਵਿਚਾਰੇ ਨੌਕਰੀਆਂ ਕਰ ਰਹੇ ਨੇ, ਘਰ ਆਪਦੇ ਪਰਿਵਾਰ ਪਾਲ ਰਹੇ, ਆਪਦੇ ਬੱਚੇ ਪਾਲ ਰਹੇ ਹੈ, ਹੈ ਨਾ। ਉਹ ਨਹੀਂ ਕਰ ਸਕੇ ਉੱਥੋਂ ਤੱਕ। ਮੈਂ ਇੱਥੋਂ ਤੱਕ ਲੱਗਿਆ ਵਿਆ ਆਇਆ, ਅਤੇ ਅੱਗੇ ਵੀ ਮੈਂ ਆਪਣੀ ਮਿਹਨਤ ਸਦਕਾ, ਤੁਹਾਡੇ ਸਾਰਿਆਂ ਦੇ ਪਿਆਰ ਸਦਕਾ, ਪਰਮਾਤਮਾ ਦੀ ਮਿਹਰ ਸਦਕਾ ਆਪਣਾ ਸਫ਼ਰ ਜਾਰੀ ਰੱਖ ਰਿਹਾ। ਮੈਨੂੰ ਲੱਗਦਾ ਕਿ ਬਹੁਤ ਥੋੜ੍ਹਾ, ਕਿਉਂਕਿ ਮੰਜ਼ਿਲ 'ਤੇ ਪਹੁੰਚ ਕੇ ਕਹਿੰਦੇ ਹੁੰਦੇ ਆ ਨਾ ਕਿ ਸਫ਼ਰ ਦੀਆਂ ਜਿਹੜੀਆਂ ਜਿੰਨੀਆਂ ਤਕਲੀਫਾਂ ਹੁੰਦੀਆਂ ਨੇ ਉਹ ਤੁਹਾਨੂੰ ਭੁੱਲ ਜਾਂਦੀਆਂ ਨੇ। ਮੈਂ ਉਹ ਫਿਲਮ ਬਣਾਈ ਜਿਹੜੀ ਮੈਂ ਬਣਾਉਣੀ ਚਾਹੁੰਦਾ ਸੀ। ਮੈਂ ਕੋਈ ਹੋਰ ਤਰ੍ਹਾਂ ਦੀ ਫਿਲਮ ਨਹੀਂ ਬਣਾਈ, ਮੈਂ ਕੋਈ ਹੋਰ ਤਰ੍ਹਾਂ ਦਾ ਕੰਮ ਨਹੀਂ ਕੀਤਾ। ਇਸ ਕਰਕੇ ਮੈਨੂੰ ਜਿਹੜੀ ਮਾਨਸਿਕ ਸੰਤੁਸ਼ਟੀ ਆ ਉਹਦੇ ਸਾਹਮਣੇ 40 ਸਾਲ ਜਾਂ 45 ਸਾਲ ਜਾਂ 20 ਸਾਲ ਇਹ ਗੱਲ ਦਾ ਕੋਈ ਮਤਲਬ ਨਹੀਂ। ਮੈਂ ਤੁਹਾਡੀ ਫੇਸਬੁੱਕ ਪ੍ਰੋਫਾਈਲ ਪੜ੍ਹ ਰਹੀ ਸੀ, ਤੁਸੀਂ ਲਿਖਿਆ ਕਿ ਜਿਹੜਾ ਬਾਪੂ ਤੇਜਵੰਤ ਮਾਨ ਹੁਣਾਂ ਨਾਲ ਹਿੰਦੀ ਦਿਵਸ ਦੇ ਉੱਤੇ ਜਿਹੜਾ ਦੁਰਵਿਹਾਰ ਹੋਇਆ ਉਹਦੇ ਪ੍ਰਤੀ ਕਿਸੇ ਨੇ ਤੁਹਾਡੇ ਤੋਂ ਸਵਾਲ ਨਹੀਂ ਪੁੱਛਿਆ, ਮਤਲਬ ਕੀ ਵਿਚਾਰ ਆਉਂਦੇ ਨੇ ਤੁਹਾਡੇ ਮਨ 'ਚ ਉਸ ਹਾਦਸੇ ਨੂੰ ਲੈ ਕੇ, ਉਸ ਘਟਨਾ ਨੂੰ ਲੈ ਕੇ? ਮੈਂ ਉੱਥੇ ਮੈਂ ਇਹ ਗੱਲ ਵੀ ਲਿਖੀ ਸੀ ਕਿ ਮੈਂ ਨਾ ਪਿਛਲੇ 3 ਕੁ ਮਹੀਨੇ ਬਹੁਤ ਜ਼ਿਆਦਾ ਰੁੱਝਿਆ ਹੋਇਆ ਸੀ ਆਪਣੇ ਕੰਮ 'ਚ, ਅਤੇ ਮੈਂ ਫੇਸਬੁੱਕ, ਮੇਰੀਆਂ 2 ID ਆ ਉਹਨੇ, ਇੱਕ ਮੇਰਾ ਪੇਜ ਆ ਉਹ ਮੈਂ ਚਲਾ ਨਹੀਂ ਸੀ ਰਿਹਾ, ਡੀਐਕਟੀਵੇਟ ਹੋਏ ਹੋਏ ਸੀ, ਤਾਂ ਮੇਰੀਆਂ ਉਹ ਜਿਹੜੇ ਨੋਟੀਫਿਕੇਸ਼ਨ ਨੇ ਉਹ ਸਾਰੇ ਮੇਰੇ ਮੇਲ 'ਚ ਆਉਂਦੀਆਂ ਨੇ, ਜਿਹੜੀ ਮੇਰੀ ਈਮੇਲ ਆ, ਤਾਂ ਉਹਦੇ 'ਚ ਮੈਨੂੰ ਇੱਕ, ਮੈਂ ਉਹ ਦੇਖ ਰਿਹਾ ਸੀ ਇੱਕ ਦਿਨ, ਤਾਂ ਉਹਦੇ 'ਚ ਇੱਕ ਮੈਨੂੰ ਈਮੇਲ ਕਿਸੇ ਅਖਬਾਰ ਦੀ ਸੀ, ਉਹ ਕਿਸੇ 2 ਗਾਇਕਾਂ ਦੇ ਲੜਾਈ ਬਾਰੇ ਮੈਨੂੰ ਪੁੱਛ ਰਿਹਾ ਸੀ ਕਿ ਆਪਣਾ ਫੋਨ ਨੰਬਰ ਦਿਓ ਜੀ, ਮੈਂ ਅਖਬਾਰ 'ਚ ਲਾਉਣਾ ਕਿ ਉਸ ਦੋਨਾਂ ਗਾਇਕਾਂ ਦੀ ਲੜਾਈ ਬਾਰੇ ਤੁਹਾਡੇ ਕੀ ਵਿਚਾਰ ਨੇ। ਉਹਦੇ ਤੋਂ ਹੀ ਉਹ ਗੱਲ ਸੀਗੀ। ਜਿੱਥੋਂ ਤੱਕ ਡਾਕਟਰ ਤੇਜਵੰਤ ਮਾਨ ਹੋਰਾਂ ਦਾ ਨਾਮ ਹੈ, ਉਹ ਸਾਡੇ ਲਈ ਪਿਤਾ ਸਮਾਨ ਸ਼ਖਸੀਅਤ ਨੇ, ਮੇਰੇ ਲਈ ਤਾਂ ਖਾਸ ਤੌਰ 'ਤੇ, ਕਿਉਂਕਿ ਮੇਰੇ ਬਾਪੂ ਕਾਮਰੇਡ ਸੁਰਜੀਤ ਗਿੱਲ ਅਤੇ ਤੇਜਵੰਤ ਮਾਨ
ਇਹ ਦੋਵਾਂ ਦੀ ਦੋਨੇ ਹੀ ਮੇਰੇ ਲਈ ਮਤਲਬ ਮੇਰੇ ਲਈ ਇੱਕੋ ਜਿਹੇ ਹੀ ਨੇ। ਬਾਪੂ ਹੈ ਨਹੀਂ ਗਾ ਦੁਨੀਆਂ 'ਚ, ਤੇਜਵੰਤ ਮਾਨ ਸਾਹਿਬ ਵੀ ਮੇਰੇ ਬਾਪੂ ਹੀ ਨੇ ਮੇਰੇ ਲਈ ਓਨੇ ਹੀ। ਇਹਨਾਂ ਦੀ ਬਣਦੀ ਨਹੀਂ ਸੀ ਹੁੰਦੀ ਵਿਚਾਰਧਾਰਕ ਤੌਰ 'ਤੇ, ਬਹੁਤ ਸਾਹਿਤਕ ਸਟੇਜਾਂ 'ਤੇ ਇੱਕ ਦੂਜੇ ਦੇ ਨਾਲ ਲੜਦੇ ਹੁੰਦੇ, ਅਤੇ ਇਹ ਇੱਕ ਅਲੱਗ ਵਿਸ਼ਾ। ਪਰ ਮੈਨੂੰ ਇਹ ਮੇਰੀ ਸਾਰਿਆਂ ਨਾਲ ਹੀ, ਮੈਂ ਤਾਂ ਸਾਰਿਆਂ ਦਾ ਹੀ ਸਤਿਕਾਰ ਕਰਦਾ ਕਿਉਂਕਿ ਉਹ ਮੇਰੀ ਬਾਪੂ ਦੀ ਉਸ ਪੀੜ੍ਹੀ ਦੇ ਨੇ, ਹੈ ਨਾ। ਵਿਚਾਰਧਾਰਕ ਤੌਰ 'ਤੇ ਲੜਾਈਆਂ ਹੋਣੀਆਂ ਵੀ ਚਾਹੀਦੀਆਂ ਨੇ, ਜੇ ਵਿਚਾਰਧਾਰਕ ਤੁਹਾਡੇ ਵਿਰੋਧ ਨਹੀਂ ਹੋਣਗੇ ਇਟ ਮੀਨਸ ਤੁਹਾਡੀ ਕੋਈ ਵਿਚਾਰਧਾਰਾ ਹੈ ਹੀ ਨਹੀਂ ਗੀ। ਜੋ ਕੁਛ ਵੀ ਉਹਨਾਂ ਨੇ ਕੀਤਾ, ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਕਦਮ ਸੀ ਉਹ ਬਹੁਤ ਸ਼ਲਾਘਾਯੋਗ ਸੀ, ਪਰ ਸਿਰਫ ਇੰਨੇ ਨਾਲ ਹੀ ਪੂਰਾ ਨਹੀਂ ਹੁੰਦਾ। ਸਾਡੀਆਂ ਸਹਿ ਸੁਭਾਵਾਂ ਨੂੰ, ਸਾਡੇ ਲੇਖਕਾਂ ਨੂੰ, ਸਾਡੇ ਪੰਜਾਬੀਆਂ ਨੂੰ ਪ੍ਰੈਕਟੀਕਲੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ, ਔਰ ਉਹ ਜਿਹੜੀਆਂ ਸ਼ਕਤੀਆਂ ਜੋ ਹਿੰਦੀ ਲਾਗੂ ਕਰਨ ਦੀ ਗੱਲ ਕਰਦੀਆਂ ਸੀ ਜਾਂ ਜੋ ਰਾਸ਼ਟਰਵਾਦ ਦਾ ਇੱਕ ਖੋਖਲਾ ਜੋ ਨਾਰਾ ਸਾਡੇ 'ਤੇ ਥੋਪਣਾ ਚਾਹੁੰਦੀਆਂ ਨੇ, ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਸੀ। ਉਹ ਵਿਰੋਧ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ, ਮੈਨੂੰ ਲੱਗਿਆ ਕਿ ਫੇਸਬੁੱਕ 'ਤੇ ਵਿਰੋਧ ਜਿਹੜਾ ਉਹ ਇੱਕ ਫੈਸ਼ਨ ਜਿਹਾ ਹੀ ਹੁੰਦਾ, ਬਾਹਲਾ ਉਹਦੀਆਂ ਜੜ੍ਹਾਂ ਤੱਕ ਨਹੀਂ ਜਾਂਦਾ। ਮਤਲਬ ਮੈਂ ਇੱਥੋਂ ਤੱਕ ਦੇਖਿਆ ਕਿ ਇੱਕ ਬੰਦਾ ਫੇਸਬੁੱਕ 'ਤੇ ਮੇਰਾ ਵਿਰੋਧ ਕਰ ਰਿਹਾ ਮੰਨ ਲਓ, ਉਹ ਜਦੋਂ ਮੈਨੂੰ ਜਾਤੀ ਤੌਰ 'ਤੇ ਮਿਲੂਗਾ ਤਾਂ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਦਾ। ਬਿਲਕੁਲ ਬਿਲਕੁਲ, ਹੈ ਨਾ। ਮੈਨੂੰ ਇੱਦਾਂ ਲੱਗਦਾ ਕਿ ਫੇਸਬੁੱਕ 'ਤੇ ਹੀ ਤੁਸੀਂ ਵਿਰੋਧ ਜਾ ਕਰਕੇ ਚੁੱਪ ਕਰ ਜਾਂਦੇ ਹੋ, ਤਾਂ ਮੈਨੂੰ ਇਹ ਗੱਲ ਬਾਹਲੀ ਪਸੰਦ ਨਹੀਂ ਗੀ। ਮੈਂ ਇਹ ਅਕਸਰ ਕਹਿਣਾ ਹੁੰਦਾ ਕਿ ਸੋਸ਼ਲ ਮੀਡੀਆ ਜਿਹੜਾ ਉਹ ਤੁਹਾਡੀ ਅੱਗ ਆ ਜਿਹੜੀ ਤੁਹਾਡੇ ਅੰਦਰਲੀ, ਜਿਹੜਾ ਤੁਹਾਡੇ ਅੰਦਰ ਵਿਰੋਧ ਆ, ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹਨੂੰ ਅਸਲ 'ਚ ਗੁੰਮਰਾਹ ਕਰਨ ਦਾ ਵੀ ਕਈ ਵਾਰੀ ਸਾਧਨ ਬਣ ਜਾਂਦਾ, ਉਹਨੂੰ ਖਤਮ ਕਰ ਦਿੰਦਾ ਉਹ ਮਤਲਬ ਇਸ ਤਰ੍ਹਾਂ ਕਰ ਦਿੰਦਾ ਕਿ ਇੱਕ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਤੁਰੇ ਫਿਰਦੇ ਠੰਡੇ ਹੋ ਜਾਂਦੇ ਹੋ, ਕਿਉਂਕਿ ਤੁਸੀਂ ਸਾਰੀ ਅੱਗ ਤਾਂ ਫੇਸਬੁੱਕ 'ਤੇ ਕੱਢੇ, ਉਦੋਂ ਤੁਸੀਂ ਮਤਲਬ ਉਹ ਗੱਲ ਭੁੱਲ ਵੀ ਜਾਂਦੇ ਹੋ ਕਿ ਤੁਸੀਂ ਫੇਸਬੁੱਕ 'ਤੇ ਕੀ ਲਿਖਿਆ। ਉਦੋਂ ਤੁਹਾਨੂੰ ਆਪਦੇ ਜਵਾਕਾਂ ਦਾ ਵੀ ਫਿਕਰ ਹੁੰਦਾ, ਆਪਦੀ ਘਰ ਵਾਲੀ ਖਾਤਰ ਤੁਸੀਂ ਗੰਢੇ ਵੀ ਲੈ ਕੇ ਆਉਣੇ ਹੁੰਦੇ ਆ, ਉਦੋਂ ਤੁਸੀਂ ਮਾਂ ਬਾਪ ਇਹ ਸਾਰਾ ਕੁਛ ਕਰਨਾ ਹੁੰਦਾ। ਮਤਲਬ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਨੇ ਮਨੁੱਖ ਦੇ ਨਾ ਕਈ ਚਿਹਰੇ ਬਣਾ ਤੇ, ਜ਼ਮੀਨੀ ਹਕੀਕਤ ਨਾਲ ਉਹ ਟੁੱਟਿਆ ਪਿਆ, ਅਤੇ ਉਹ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਗੱਲਾਂ ਕਰਦਾ। ਪਰ ਫਿਰ ਵੀ ਜਿਨ੍ਹਾਂ ਨੇ ਤੇਜਵੰਤ ਮਾਨ ਹੋਰਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਜੋ ਵੀ ਕੀਤਾ, ਜੋ ਪੰਜਾਬੀ ਦੇ ਵਿਰੋਧ 'ਚ ਜਾਂ ਹਿੰਦੀ ਦੇ ਹੱਕ 'ਚ ਬੋਲੇ, ਉਹਨਾਂ ਦਾ ਕੋਈ ਲਿਖਤੀ ਰੂਪ ਦੇ ਵਿੱਚ ਵੀ ਕੋਈ ਮਾਫੀਨਾਮਾ ਆਇਆ? ਬੇਸ਼ੱਕ ਮੇਰੇ ਲਈ ਜੇ ਤੁਸੀਂ ਜਾਤੀ ਤੌਰ 'ਤੇ ਪੁੱਛੋ ਤਾਂ ਮੇਰੇ ਲਈ ਇਹਨਾਂ ਮਾਫੀਨਾਮਿਆਂ ਦਾ ਮੈਨੂੰ ਅਰਥ ਪਤਾ ਹੈ। ਮੈਨੂੰ ਇਹ ਵੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਕੁਸ਼ਕਤੀਆਂ ਨੇ, ਇਹ ਜਿਹੜੀਆਂ ਗਲਤ ਤਾਕਤਾਂ ਨੇ, ਇਹ ਸਾਡੇ ਨਾਲ, ਪੰਜਾਬ ਨਾਲ ਜਾਂ ਪੰਜਾਬੀ ਨਾਲ ਕੀ ਕਰਨਾ ਚਾਹੁੰਦੀਆਂ ਨੇ, ਉਹਨਾਂ ਦੇ ਮਨਸੂਬਿਆਂ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ, ਔਰ ਮੈਂ ਚਾਹੁੰਦਾ ਕਿ ਸਾਰੇ ਪੰਜਾਬੀ ਜਾਣੂ ਹੋਣ। ਅਤੇ ਇਹ ਜਿਹੜੀ ਅੱਗ ਆ ਉਹ ਸਿਰਫ ਫੇਸਬੁੱਕ 'ਤੇ ਨਾ ਕੱਢਣ। ਹਾਂਜੀ ਹਾਂਜੀ ਬਿਲਕੁਲ। ਮੈਨੂੰ ਤੁਹਾਡੀਆਂ ਗੱਲਾਂ 'ਚੋਂ ਹੀ ਇੱਕ ਮੈਂ ਸਵਾਲ ਸੋਚਦੀ ਹਾਂ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਫੇਸਬੁੱਕ ਆ ਜਿਹੜੀ ਲੋਕਾਂ ਦਾ ਉਸ ਅੱਗ ਨੂੰ ਕੱਢ ਰਹੀ ਹੈ ਜਿਹਦੀ ਜ਼ਰੂਰਤ ਹੈ ਜਦਕਿ ਜ਼ਮੀਨ 'ਤੇ ਆ, ਹੈ ਨਾ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਲੋਕ ਜਾਂ ਹੋਰ ਆਪਾਂ ਲੇਖਕਾਂ ਦੀ ਗੱਲ ਕਰਦੇ ਹਾਂ, ਫਿਲਮਕਾਰਾਂ ਦੀ, ਅਦਾਕਾਰਾਂ ਦੀ ਗੱਲ ਕਰਦੇ ਹਾਂ,
ਤਾਂ ਉਹਨਾਂ ਦੇ ਅੰਦਰ ਸਾਨੂੰ ਉਹ ਵਿਰੋਧ ਕਿਤੇ ਵੀ ਨਹੀਂ ਦੇਖਣ ਨੂੰ ਮਿਲਿਆ, ਕੋਈ ਇਹੋ ਜਿਹੀਆਂ ਸਾਨੂੰ ਲਿਖਤਾਂ ਨਹੀਂ ਮਿਲੀਆਂ, ਇਹੋ ਜਿਹੇ ਬਿਆਨ ਨਹੀਂ ਮਿਲੇ ਜਿਹੜੇ ਤੇਜਵੰਤ ਹੋਣਾ ਦੇ ਹੱਕ ਦੇ ਵਿੱਚ ਆਏ ਹੋਣ। ਉਹਦਾ ਉਸ ਉਹ ਕੋਈ ਡਰ ਕਹਿ ਸਕਦੇ ਹਾਂ ਆਪਾਂ, ਜਾਂ ਕੀ ਕਾਰਨ ਹੈ ਇਹਨਾਂ ਚੀਜ਼ਾਂ ਦਾ? ਡਰ ਵੀ ਹੈ, ਡਰ ਅਸਲ ਦੇ ਵਿੱਚ ਉਹਨਾਂ ਲੋਕਾਂ ਨੂੰ ਲੱਗਦਾ ਹੁੰਦਾ ਜਿਨ੍ਹਾਂ ਦੀ ਕੋਈ ਸਮਾਜਿਕ ਚੇਤਨਾ ਨਹੀਂ ਹੁੰਦੀ, ਜਿਨ੍ਹਾਂ 'ਚ ਜਦੋਂ ਤੁਸੀਂ ਸਮਾਜਿਕ ਤੌਰ 'ਤੇ ਚੇਤਨ ਹੀ ਨਹੀਂ ਹੋ, ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਉਹ ਆਪਾਂ ਤਾਂ ਗਾਇਕ ਹਾਂ, ਗਾਇਕ ਤਾਂ ਸਭ ਦਾ ਹੀ ਸਾਂਝਾ ਹੁੰਦਾ, ਗਾਇਕ ਸਭ ਦਾ ਸਾਂਝਾ ਨਹੀਂ ਹੁੰਦਾ, ਜਾਂ ਕਹਿ ਦਈਏ ਆਪਾਂ ਤਾਂ ਐਕਟਰ ਹਾਂ, ਆਪਾਂ ਤਾਂ ਸਭ ਦੇ ਹੀ ਸਾਂਝੇ ਹੁੰਦੇ ਹਾਂ, ਆਪਾਂ ਸਭ ਦੇ ਸਾਂਝੇ ਨਹੀਂ ਹੁੰਦੇ। ਤੁਸੀਂ ਕਿਵੇਂ ਆਪਣੇ ਆਪ ਹੀ ਫੈਸਲਾ ਕਰ ਲਉਂਗੇ ਕਿ ਤੁਸੀਂ ਸਭ ਦੇ ਸਾਂਝੇ ਹੋ? ਜਿਹੜੀ ਦੂਸਰੀ ਧਿਰਾ ਜਿਹੜੀ ਤੁਹਾਡੇ ਨਾਲ ਵਿਵਹਾਰ ਕਰ ਰਹੀ ਹੈ ਉਹਦੇ ਹੱਥ 'ਚ ਹੈ ਕਿ ਤੁਸੀਂ ਉਹਨਾਂ ਦੇ ਹੋਂਕ ਨਹੀਂ ਹੋ, ਉਹ ਤੁਸੀਂ ਆਪਣੀ ਭਾਸ਼ਾ ਦੇ ਤੌਰ 'ਤੇ, ਆਪਣੇ ਧਰਮ ਦੇ ਤੌਰ 'ਤੇ, ਆਪਣੀ ਦਿੱਖ ਦੇ ਤੌਰ 'ਤੇ, ਇੱਥੋਂ ਤੱਕ ਕਿ ਆਪਣੀ ਜਾਤ ਪਾਤ ਦੇ ਤੌਰ 'ਤੇ ਵੀ ਉਹਨਾਂ ਨੇ ਫੈਸਲਾ ਕਰਨਾ ਕਿ ਤੁਹਾਡੇ ਤੁਸੀਂ ਉਹਨਾਂ ਦੇ ਹੋਂਕ ਨਹੀਂ। ਤੁਸੀਂ ਸਿਰਫ ਬਚਣ ਲਈ, ਕਿਉਂਕਿ ਤੁਹਾਡੇ 'ਚ ਕੋਈ ਸਮਾਜਿਕ ਚੇਤਨਾ ਨਾਂ ਦੀ ਚੀਜ਼ ਨਹੀਂ, ਤੁਹਾਨੂੰ ਨਹੀਂ ਪਤਾ ਕਿ ਗੰਢੇ ਕਿੰਨੇ ਰੁਪਈਏ ਕਿਲੋ ਹੋ ਗਏ, ਤੁਹਾਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਦਾ ਰਾਜਨੀਤਿਕ ਬਿਆਨ ਕੀ ਆ, ਤੁਹਾਨੂੰ ਨਹੀਂ ਪਤਾ ਇਸ ਗੱਲ ਬਾਰੇ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਕੀ ਆ, ਤੁਹਾਨੂੰ ਨਹੀਂ ਪਤਾ ਕਿ ਹੜ੍ਹ ਪੰਜਾਬ 'ਚ ਕੀ ਨੁਕਸਾਨ ਕਰ ਰਹੇ ਆ, ਤੁਹਾਨੂੰ ਨਹੀਂ ਪਤਾ ਕਿ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਹ ਨਸ਼ੇ 'ਚ ਕਿਵੇਂ ਗਰਕ ਹੋ ਰਹੀ ਹੈ। ਤੁਸੀਂ ਸਿਰਫ ਆਪਣੇ ਪੈਸੇ ਕਮਾਉਂਦੇ ਹੋ ਔਰ ਇਸ ਸਾਰੇ ਕਾਸੇ ਤੋਂ ਇਸ ਗੱਲ ਲਈ ਹੀ ਤੁਸੀਂ ਆਪਦੇ ਆਪ ਨੂੰ ਲਪੇਟ ਲੈਂਦੇ ਹੋ ਆਸੇ ਪਾਸੇ ਕਿ ਇਹ ਤਾਂ ਰਾਜਨੀਤੀ ਦੀਆਂ ਗੱਲਾਂ ਨੇ। ਰਾਜਨੀਤੀ ਤੁਹਾਨੂੰ ਲੱਗਦਾ ਕਿ ਤੁਸੀਂ ਰਾਜਨੀਤੀ 'ਚ ਹਿੱਸਾ ਨਹੀਂ ਲੈ ਰਹੇ, ਤੁਹਾਨੂੰ ਲੱਗਦਾ ਕਿ ਤੁਸੀਂ ਰਾਜਨੀਤੀ ਤੋਂ ਬਚ ਰਹੇ ਹੋ, ਪਰ ਰਾਜਨੀਤੀ ਤੁਹਾਨੂੰ ਨਹੀਂ ਛੱਡਦੀ। ਰਾਜਨੀਤੀ, ਰਾਜਨੀਤਿਕ ਹਾਲਾਤ ਹੁੰਦੇ ਆ ਜਿਹੜੇ, ਆਰਥਿਕ ਹਾਲਾਤ ਹੁੰਦੇ ਆ ਜਿਹੜੇ, ਉਹ ਮੀਂਹ ਵਾਂਗ ਵਰਦੇ ਨੇ, ਬਿਲਕੁਲ, ਅਤੇ ਮੀਂਹ ਤੋਂ ਤੁਸੀਂ ਬਚ ਨਹੀਂ ਸਕਦੇ। ਤੁਸੀਂ ਅੰਦਰ ਵੜ ਕੇ ਬਹਿ ਜਾਓ, ਜਿੱਥੇ ਮਰਜ਼ੀ ਬਹਿ ਜਾਓ, ਤੁਹਾਡੇ ਘਰ ਵੀ ਮੀਂਹ ਵਰਦਾ। ਹਾਂਜੀ, ਜਦੋਂ ਤੁਸੀਂ ਉਸ ਕਮਰੇ 'ਚੋਂ ਬਾਹਰ ਨਿਕਲੋਗੇ ਤੁਹਾਡੇ ਵਿਹੜੇ 'ਚ ਵੀ ਪਾਣੀ ਹੋਊਗਾ, ਤੁਹਾਡੀ ਗਲੀ 'ਚ ਵੀ ਪਾਣੀ ਹੋਊਗਾ। ਬਿਲਕੁਲ, ਇਹ ਬਹੁਤ ਵੱਡੀ ਗੱਲ ਆ, ਔਰ ਮੈਨੂੰ ਪੰਜਾਬੀ ਦੇ ਜਿਹੜੇ ਗਾਇਕ ਆ, ਚਾਹੇ ਉਹ ਅਦਾਕਾਰ ਨੇ, ਚਾਹੇ ਸੋ ਕਾਰਡ ਜੋ ਵੀ ਫਿਲਮ ਮੇਕਰ ਨੇ, ਉਹਨਾਂ 'ਚ ਬਹੁਤ ਘੱਟ ਲੋਕ ਨੇ ਜਿਹੜੇ ਉਸ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹੋ ਜਿਹੇ ਹਾਲਾਤਾਂ 'ਤੇ ਕਦੇ ਵੀ ਕੋਈ ਬਿਆਨ ਦਿੰਦੇ ਨੇ। ਬਿਲਕੁਲ, ਜਿਹੜੇ ਨਹੀਂ ਦਿੰਦੇ ਉਹ ਤਾਂ ਮੇਰੇ ਲਈ ਤਾਂ, ਮੈਨੂੰ ਤਾਂ ਐਂ ਆ ਵੀ ਉਹ ਜਿਉਂਦੇ ਹੀ ਨਹੀਂ ਗੇ, ਉਹ ਤਾਂ ਜਦੋਂ ਤੁਸੀਂ ਬੋਲਣਾ ਹੀ ਨਹੀਂ। ਬਿਲਕੁਲ, ਹੈ ਨਾ, ਉਹ ਇੱਕ ਹਿੰਦੀ ਦੀ ਇੱਕ ਛੋਟੀ ਕਵਿਤਾ ਹੈ, ਕਹਿੰਦਾ ਮਰਨ ਤੋਂ ਬਾਅਦ ਆਦਮੀ ਕੁਝ ਨਹੀਂ ਸੋਚਦਾ, ਮਰਨ ਤੋਂ ਬਾਅਦ ਆਦਮੀ ਕੁਝ ਨਹੀਂ ਬੋਲਦਾ। ਜਦੋਂ ਆਦਮੀ ਕੁਝ ਨਹੀਂ ਸੋਚਦਾ, ਜਦੋਂ ਆਦਮੀ ਕੁਝ ਨਹੀਂ ਬੋਲਦਾ, ਉਦੋਂ ਆਦਮੀ ਮਰ ਜਾਂਦਾ। ਬਿਲਕੁਲ, ਅਸਲ 'ਚ ਗੱਲ ਇਹ ਹੈ, ਅਤੇ ਉਹ ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਵੀ ਪਤਾ ਹੀ ਆ ਕਿ, ਕਿਉਂਕਿ ਜਦੋਂ ਤੁਹਾਡਾ ਮਕਸਦ ਆਪਦੇ ਜਵਾਕਾਂ ਨੂੰ ਕੈਨੇਡਾ 'ਚ ਸੈੱਟ ਕਰਨਾ ਹੋਵੇ, ਆਪਦੇ ਬੈਂਕ ਬੈਲੈਂਸ ਆ ਜਿਹੜੇ ਉਹ ਵੱਡੇ ਕਰਨਾ ਹੋਵੇ, ਹੈ ਨਾ, ਪੈਸੇ ਲੈ ਕੇ ਮਤਲਬ ਪੰਜਾਬੀ ਦਾ ਨਾਂ ਤੁਸੀਂ ਵਰਤੋਂ, ਇਹ ਆਖੋ ਕਿ ਅਸੀਂ ਪੰਜਾਬੀ ਦੀ ਸੇਵਾ ਕਰ ਰਹੇ ਹਾਂ, ਸੱਭਿਆਚਾਰ ਦਾ ਨਾਂ ਵਰਤੋਂ, ਅਤੇ ਜਦੋਂ ਪੰਜਾਬ 'ਤੇ ਕੋਈ ਮੁਸੀਬਤ ਆਵੇ ਉਦੋਂ ਜ਼ਿਆਦਾ ਤੁਸੀਂ ਬਿਆਨ ਦਿਓ ਹੀ ਨਾ, ਜੇ ਦਿਓ ਤਾਂ ਉਹਦੇ ਵਿਰੋਧ 'ਚ ਦਿਓ। ਸਹੀ ਗੱਲ ਹੈ, ਇਹ ਬਹੁਤ ਮਾੜੀ ਗੱਲ ਹੈ। ਮਤਲਬ ਜ਼ਮੀਨੀ ਤੌਰ 'ਤੇ ਅਸੀਂ ਉਸੇ ਤੰਤਰ ਦਾ ਇੱਕ ਹਿੱਸਾ, ਉਸੇ ਸਮਾਜ ਦਾ ਇੱਕ ਹਿੱਸਾ, ਪਰ ਅਸੀਂ ਆਪਣੇ ਆਪ ਨੂੰ ਅਲੱਗ ਰੱਖ ਕੇ ਜਿਹੜਾ ਉਹਨਾਂ ਚੀਜ਼ਾਂ ਪ੍ਰਤੀ ਸੁਚੇਤ ਨਹੀਂ ਹੈਗੇ।
ਬਚਣ ਦਾ ਮਾਰਨ, ਆਪਾਂ ਕੀ ਲੈਣਾ? ਪੰਜਾਬੀਆਂ ਦੀ ਅਦਕਾਤ, ਆਪਾਂ ਕੀ ਲੈਣਾ? ਦੋ ਬੰਦੇ ਲੜ ਰਹੇ ਆ, ਆਪਾਂ ਕੀ ਲੈਣਾ ਯਾਰ? ਆਪਾਂ ਤਾਂ ਕਿਸੇ ਕੰਨੀ ਨਹੀਂ, ਨਿਰਪੱਖ ਕੋਈ ਨਹੀਂ ਹੁੰਦਾ ਬੀਬਾ ਜੀ, ਹੋ ਹੀ ਨਹੀਂ ਸਕਦਾ ਨਿਰਪੱਖ। ਦੋ ਬੰਦੇ ਲੜ ਰਹੇ ਆ, ਤੁਸੀਂ ਕਹੋ ਜੀ ਮੈਂ ਤਾਂ ਨਿਰਪੱਖ ਹਾਂ, ਮੈਂ ਤਾਂ ਕਿਸੇ ਕੰਨੀ ਨਹੀਂ, ਇਹਦਾ ਮਤਲਬ ਇਹ ਆ ਕਿ ਤੁਸੀਂ ਤਕੜੇ ਕੰਨੀ ਹੋ, ਕਿਉਂਕਿ ਤੁਸੀਂ ਮਾੜੇ ਨੂੰ ਉਹਦੇ ਤੋਂ ਬਚਾ ਨਹੀਂ ਰਹੇ। ਤੁਹਾਨੂੰ ਲੱਗ ਰਿਹਾ ਕਿ ਤੁਸੀਂ ਨਿਰਪੱਖ ਹੋ, ਤੁਸੀਂ ਸਿਰਫ ਡਰ ਰਹੇ ਹੋ, ਤੁਸੀਂ ਉਸ ਸੇਕ ਤੋਂ ਉਸ ਅੱਗ ਤੋਂ ਖੁਦ ਨੂੰ ਬਚਾ ਰਹੇ ਹੋ। ਇਹ ਡਰੇ ਹੋਏ ਲੋਕਾਂ ਦਾ, ਬਿਲਕੁਲ ਜਿੱਦਾਂ ਪਾਸ਼ ਲਿਖਦਾ ਕਿ ਸ਼ਾਂਤੀ ਕਿਤੇ ਨਹੀਂ ਹੁੰਦੀ, ਹਨਾ, ਰੂਹਾਂ 'ਚ ਲੁਕੇ ਹੋਏ ਗਿੱਦੜਾਂ ਦਾ ਹੌਂਕਣਾ ਹੀ ਸਭ ਕੁਛ ਹੁੰਦਾ। ਇਹ ਰੂਹਾਂ 'ਚ ਲੁਕੇ ਹੋਏ ਗਿੱਦੜ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਇਹਨਾਂ ਗੱਲਾਂ ਨਾਲ ਕੀ ਤਾਲਕ, ਅਸੀਂ ਤਾਂ ਸਭ ਦੇ ਸਾਂਝੇ ਹਾਂ। ਬਿਲਕੁਲ, ਲਾਈਨ ਖਿੱਚਣੀ ਪੈਂਦੀ ਹੈ, ਸਭ ਦਾ ਸਾਂਝਾ ਕੌਣ ਹੁੰਦਾ? ਉਹਨੂੰ ਵੀ ਸਭ ਦਾ ਸਾਂਝਾ ਨਹੀਂ ਰਹਿਣ ਦਿੱਤਾ, ਸਹੀ ਗੱਲ, ਉਹਨੂੰ ਵੀ ਸਿੱਖਾਂ ਦਾ ਹੋਰ ਬਣਾਤਾ, ਮੁਸਲਮਾਨਾਂ ਦਾ ਹੋਰ ਬਣਾਤਾ, ਈਸਾਈਆਂ ਦਾ ਹੋਰ ਬਣਾਤਾ, ਹਿੰਦੂਆਂ ਦਾ ਹੋਰ ਬਣਾਤਾ। ਬਿਲਕੁਲ, ਤੁਸੀਂ ਸਭ ਦੇ ਸਾਂਝੇ ਕਿਵੇਂ ਹੋ ਸਕਦੇ? ਹਾਂਜੀ, ਇੱਕ ਜਗ੍ਹਾ 'ਤੇ ਤੁਸੀਂ ਲਿਖਦੇ ਹੋ ਕਿ ਜਿਹੜਾ ਕਿਸੇ ਦਾ ਵੀ ਸੁੱਤੇ ਹੋਣਾ ਬਹੁਤ ਖਤਰਨਾਕ ਹੁੰਦਾ, ਚਾਹੇ ਉਹ ਕਿਸੇ ਮੰਤਰੀ ਦਾ, ਚਾਹੇ ਉਹ ਕਿਸੇ ਪੁਲਿਸ ਅਧਿਕਾਰੀ ਦਾ, ਚਾਹੇ ਉਸ ਜਨਤਾ ਦਾ ਜਿਹੜਾ ਇਹਨਾਂ ਲੀਡਰਾਂ ਨੂੰ ਚੁਣਦੀ ਆ। ਅਮਰਦੀਪ ਗਿੱਲ ਨੂੰ ਕਿਸ ਚੀਜ਼ ਦਾ ਦੁੱਖ ਹੈ? ਮਤਲਬ ਸਮਾਜ ਦੇ ਵਿੱਚ ਉਹ ਚੇਤਨਾ ਕਿਤੇ ਮਹਿਸੂਸ ਨਹੀਂ ਹੁੰਦੀ ਇੱਕ ਲੇਖਕ ਹੋਣ ਦੇ ਨਾਤੇ? ਮੈਨੂੰ ਦੇਖੋ, ਮੈਂ ਲੋਕਾਂ ਦਾ, ਲੋਕ ਮੇਰੇ ਨੇ, ਅਤੇ ਗੁੱਸਾ ਕਹਿੰਦੇ ਹੁੰਦੇ ਆਪਦਿਆਂ 'ਤੇ ਹੀ ਹੁੰਦਾ। ਬਿਲਕੁਲ, ਮੈਨੂੰ ਕਿਸੇ ਮੰਤਰੀ ਸੰਤਰੀ 'ਤੇ ਨਹੀਂ ਗੁੱਸਾ, ਹਾਂਜੀ, ਉਹ ਤਾਂ ਮੇਰਾ ਹੈ ਹੀ ਨਹੀਂ। ਬਿਲਕੁਲ, ਮੈਨੂੰ ਕਿਸੇ ਸਟਾਰ 'ਤੇ ਨਹੀਂ ਗੁੱਸਾ, ਉਹ ਵੀ ਨਹੀਂ ਮੇਰਾ, ਕਿਸੇ ਵੱਡੇ ਅਮੀਰ ਐਕਟਰ 'ਤੇ ਨਹੀਂ ਗੁੱਸਾ, ਕਿਸੇ ਅਮੀਰ ਗਾਇਕ 'ਤੇ ਨਹੀਂ ਗੁੱਸਾ, ਕਿਸੇ MP 'ਤੇ ਨਹੀਂ ਗੁੱਸਾ, ਕਿਉਂਕਿ ਉਹ ਤਾਂ ਮੇਰੇ ਹੈ ਹੀ ਨਹੀਂ ਗੇ। ਉਹਨਾਂ 'ਤੇ ਮੈਂ ਕੀ ਗੁੱਸਾ ਕਰਨਾ? ਉਹਨਾਂ ਬਾਰੇ ਤਾਂ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਉਹਨਾਂ ਲੋਕਾਂ 'ਚ ਆਉਂਦੇ ਨੇ। ਮੈਨੂੰ ਗੁੱਸਾ ਜਿਹੜਾ, ਗੁੱਸਾ ਵੀ ਨਹੀਂ ਗਿਲਾ ਹੈ, ਉਹ ਆਪਣੇ ਲੋਕਾਂ ਨਾਲ। ਅਗਰ ਤੁਸੀਂ ਫੇਸਬੁੱਕ ਦੇਖੋ, ਹਰ ਕੋਈ ਆਖੂਗਾ ਕਿ ਕਰਪਸ਼ਨ ਨਹੀਂ ਹੋਣੀ ਚਾਹੀਦੀ, ਕਰਪਟ ਬੰਦੇ, ਗਲਤ ਬੰਦੇ ਵੋਟਾਂ 'ਚ ਨਹੀਂ ਜਿੱਤਣੇ ਚਾਹੀਦੇ। ਹਰ ਕੋਈ ਆਖੂਗਾ ਨਸ਼ਾ ਨਹੀਂ ਵਿਕਣਾ ਚਾਹੀਦਾ। ਹਰ ਕੋਈ ਆਖੂਗਾ ਚੰਗੀ ਰਾਜਨੀਤੀ, ਚੰਗੀ ਸੋਚ ਵਾਲੇ ਅੱਗੇ ਆਉਣੇ ਚਾਹੀਦੇ ਨੇ, ਪਰ ਹਮੇਸ਼ਾ ਹੀ ਗਲਤ ਲੋਕ ਅੱਗੇ ਆ ਜਾਂਦੇ ਨੇ। ਉਹ ਕੌਣ ਵੋਟਾਂ ਪਾਉਂਦਾ ਉਹਨਾਂ ਨੂੰ, ਕੌਣ ਚੁਣਦਾ ਉਹਨਾਂ ਨੂੰ? ਬੀਬੀ ਪਰਮਜੀਤ ਕੌਰ ਖਾਲੜਾ ਹਾਰ ਜਾਂਦੇ ਨੇ। ਬਿਲਕੁਲ, ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਇਹਨਾਂ ਨੂੰ ਨਹੀਂ ਜਿੱਤਣਾ ਚਾਹੀਦਾ, ਇਹਨਾਂ ਨੂੰ ਤਾਂ, ਇਹਨਾਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ, ਉਹ ਲੱਖਾਂ ਵੋਟਾਂ ਨਾਲ ਜਿੱਤ ਜਾਂਦੇ, ਜਿੱਤ ਰਹੇ ਨੇ, ਜਿੱਤ ਰਹੇ। ਗੱਲ ਫਿਰ ਉੱਥੇ ਆਉਂਦੀ ਹੈ ਕਿ ਜ਼ਮੀਨੀ ਹਕੀਕਤ ਅਤੇ ਫੇਸਬੁੱਕ ਦੀ ਹਕੀਕਤ 'ਚ ਬਹੁਤ ਫਰਕ, ਬਹੁਤ ਫਰਕ ਆ। ਉਹ ਬਾਅਦ ਦੇ ਵਿੱਚ ਅਸੀਂ ਚਾਹੇ ਉਹ ਮਸ਼ੀਨਾਂ ਜਿਹੜੀਆਂ AVM EVM ਜਾਂ ਕੀ ਹੁੰਦਾ ਉਹਦੇ ਸਿਰ ਲਾਈਏ, ਚਾਹੇ ਉਹ ਅਸੀਂ, ਗੱਲ ਇਹ ਆ ਕਿ ਜੇ ਵਿਕਦੇ ਆ ਤਾਂ ਕੌਣ ਵਿਕਦੇ ਆ? ਹਾਂਜੀ, ਜੇ ਬੋਤਲ ਵੱਟੇ ਜਿਹੜੀ ਆ ਵੋਟ ਵਿਕਦੀ ਆ, ਬਿਲਕੁਲ, ਤਾਂ ਕਿਸ ਦੀ ਆ? ਹਾਂਜੀ, ਸਾਡੀ ਆ ਨਾ। ਬਿਲਕੁਲ, ਮੇਰਾ ਹੀ ਕੋਈ ਭਰਾ ਭਤੀਜਾ ਦੋਸਤ ਹੀ ਵਿਕੂਗਾ ਨਾ। ਹਾਂਜੀ, ਜੇ ਉਹ ਮਤਲਬ ਕਿਸੇ ਗਲਤ ਸੋਚ ਦੀ ਪੈਰਵੀ ਕਰਦਾ ਜਾਂ ਉਹਦੇ ਨਾਲ ਖੜਾ, ਉਹ ਵੀ ਮੇਰਾ ਹੀ ਹੈ। ਬਿਲਕੁਲ, ਇਸ ਕਰਕੇ ਆਪਦਿਆਂ 'ਤੇ ਹੀ ਆ ਗਿਲਾ। ਹਾਂਜੀ, ਕਿ ਯਾਰ ਕਹਿਣਾ ਤੁਸੀਂ ਹੋਰ ਆ, ਸੋਸ਼ਲ ਮੀਡੀਆ 'ਤੇ ਸਾਰਾ ਕੁਛ ਤੁਸੀਂ ਹੋਰ ਕਰਦੇ ਹੋ। ਬਿਲਕੁਲ, ਅਤੇ ਜਦੋਂ ਨਤੀਜੇ ਜਿਹੜੇ ਜ਼ਮੀਨੀ ਤੌਰ 'ਤੇ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਨਤੀਜੇ ਆ ਜਿਹੜੇ ਉਹ ਬਿਲਕੁਲ ਉਦੋਂ ਉਲਟ ਆਉਂਦੇ ਨੇ। ਹਾਂਜੀ, ਸਾਰੀ ਦੁਨੀਆ ਮਗਰ ਲੱਗੀ ਹੁੰਦੀ ਆ ਭਗਵੰਤ ਮਾਨ ਦੇ ਕੇ, ਬਸ ਆਹ ਤਾਂ ਜਿੱਤੇ ਹੀ ਖੜ੍ਹੇ ਆ ਆਪ ਵਾਲੇ ਤਾਂ।
ਮਤਲਬ ਅਨਾਊਂਸ ਹੋਣਾ ਬਸ ਘੰਟੇ ਬਾਅਦ ਤਾਂ ਮੁੱਖ ਮੰਤਰੀ ਹੈ, ਕੋਈ ਇੱਕ ਸੀਟ ਨਹੀਂ ਆਉਂਦੀ ਉਹਨਾਂ ਦੀ। ਮੈਂ ਉਹਨਾਂ ਦੇ ਹੱਕ 'ਚ ਨਹੀਂ ਗਾ, ਮੇਰਾ ਕਹਿਣ ਦਾ ਮਤਲਬ ਲੋਕ ਉਹਨਾਂ ਦੇ ਹੱਕ 'ਚ ਨੇ। ਸਹੀ ਗੱਲ ਹੈ, ਉਹ ਸ਼ੋਅ ਕਰ ਰਹੇ ਸੀ ਨਾ ਕਿ ਆਪ ਬਹੁਤ ਵੱਡੀ ਜਿੱਤ, ਬਿਲਕੁਲ ਉਹ ਹਵਾ, ਉਹ ਹਵਾ ਸੀਗੀ ਹੈ ਨਾ ਤੁਹਾਡੇ ਸਾਹਮਣੇ। ਤੁਸੀਂ ਇੱਕ ਪਾਰਟੀ ਦਾ ਬਹੁਤ ਵਿਰੋਧ ਕਰ ਰਹੇ, ਤੁਸੀਂ ਕਹਿੰਦੇ ਹੋ ਮੋਦੀ ਨਹੀਂ ਆਉਣਾ ਚਾਹੀਦਾ, ਬੀਜੇਪੀ ਨਹੀਂ ਆਉਣੀ ਚਾਹੀਦੀ, ਉਹ ਫੇਰ ਆ ਗਿਆ। ਬਿਲਕੁਲ, ਮਤਲਬ ਇਹ ਫਰਕ ਕਿੱਥੇ ਆ ਇਹ? ਬਿਲਕੁਲ ਜੀ, ਤੁਸੀਂ ਜਦੋਂ ਗੱਲ ਕਰਦੇ ਹੋ, ਜਦੋਂ ਵੀ ਤੁਹਾਨੂੰ ਕੋਈ ਸਵਾਲ ਪੁੱਛਦਾ ਕਿ ਤੁਹਾਡਾ ਦਿੱਖ ਦਾ ਜਿਹੜਾ ਬਦਲਣਾ ਹੈ ਨਾ, ਉਹਦਾ ਕੀ ਕਾਰਨ ਸੀ, ਤੁਸੀਂ ਹਮੇਸ਼ਾ ਇਹ ਜਵਾਬ ਦਿੰਦੇ ਹੋ ਕਿ ਮੈਨੂੰ ਲੱਗਦਾ ਸੀ ਕਿ ਜੋ ਅਲਾਮਤਾਂ ਜਾਂ ਜੋ ਨਸ਼ੇ ਜਾਂ ਜੋ ਆਦਤਾਂ ਤੁਹਾਨੂੰ ਸੀ, ਉਹਦੇ ਤੋਂ ਬਾਹਰ ਆਉਣ ਦਾ ਜਿਹੜਾ ਸਭ ਤੋਂ ਵੱਡਾ ਤੁਹਾਡਾ ਸਹਾਰਾ ਤੁਹਾਨੂੰ ਇਹ ਦਿੱਖ ਲੱਗੀ ਹੈ ਨਾ, ਇਹ ਰੂਪ ਲੱਗਿਆ। ਪਰ ਜੇ ਮੈਂ ਗੱਲ ਕਰਾਂ ਤੁਹਾਡੇ ਬਚਪਨ ਦੀ, ਤੁਹਾਡੇ ਬਾਪੂ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ, ਉਹ ਹਮੇਸ਼ਾ ਕਾਮਰੇਡ ਪ੍ਰਭਾਵ ਦੇ ਥੱਲੇ ਰਹੇ ਨੇ, ਉਹਨਾਂ ਦੀ ਜਿਹੜੀ ਸੋਚ ਹੈ ਉਸ ਅਧੀਨ ਰਹੀ ਹੈ, ਤੁਹਾਡਾ ਪਾਲਣ ਪੋਸ਼ਣ ਜ਼ਾਹਿਰ ਹੈ ਉਸੇ ਮਾਹੌਲ ਦੇ ਵਿੱਚ ਹੋਇਆ। ਫਿਰ ਇਹੋ ਜਿਹਾ ਕੀ ਜ਼ਿੰਦਗੀ ਦੇ ਵਿੱਚ ਵਾਪਰਿਆ ਜਾਂ ਕੀ ਇਹੋ ਜਿਹਾ ਮਹਿਸੂਸ ਕੀਤਾ ਕਿ ਉਸ ਪ੍ਰਭਾਵ 'ਚੋਂ ਨਿਕਲ ਕੇ ਤੁਸੀਂ ਇਸ ਪ੍ਰਭਾਵ ਦੇ ਵਿੱਚ ਆ ਗਏ? ਇਹ ਵੀ ਬੀਬਾ ਜੀ ਤੁਹਾਨੂੰ ਥੋੜ੍ਹੀ ਸਟੱਡੀ ਕਰਨ ਦੀ ਹੋਰ ਲੋੜ ਆ। ਹਾਂਜੀ, ਜਿਹੜੇ ਮੇਰੇ ਬਾਪੂ ਦੀ ਪੀੜ੍ਹੀ ਵਾਲੇ ਕਾਮਰੇਡ ਸੀ ਉਹ ਸਾਰੇ ਸਿੱਖ ਹੀ ਸੀਗੇ। ਬਿਲਕੁਲ, ਜਿਹੜੇ ਕਾਮਰੇਡਾਂ ਦਾ ਜ਼ਿਕਰ ਅੱਜ ਕੱਲ੍ਹ ਫੇਸਬੁੱਕ 'ਤੇ ਹੁੰਦਾ ਕਿ ਬੀੜੀਆਂ ਪੀਣੇ ਅਤੇ ਯੇ ਵੋ, ਇੱਦਾਂ ਦੇ ਕਾਮਰੇਡ ਨਹੀਂ ਸੀ ਉਹ। ਉਹ ਸਾਰੇ ਕਾਮਰੇਡ ਲਗਭਗ ਜਥੇਦਾਰ ਹੀ ਸੀਗੇ, ਮੈਂ ਉਹਨਾਂ ਨੂੰ ਜਥੇਦਾਰ ਹੀ ਕਹਿਣਾ ਹੁੰਦਾ। ਬਿਲਕੁਲ, ਤੁਸੀਂ ਇੱਕ ਪੁਰਾਣੀ ਫੋਟੋ ਆ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ, ਅਤੇ ਸ਼ਾਇਦ ਬਾਬਾ ਗੁਰਮੁਖ ਸਿੰਘ ਲਲਤੋਂ ਦੀ ਫੋਟੋ ਹੈ। ਤੇਜਾ ਸਿੰਘ ਸੁਤੰਤਰ ਤੁਹਾਡੇ ਪਿਤਾ ਦੇ ਇੱਕ ਗੁਰੂ ਸਮਾਨ ਜਾਂ ਪਿਤਾ ਸਮਾਨ, ਉਹ ਤੁਸੀਂ ਉਹਨਾਂ ਦੀ ਫੋਟੋ ਦੇਖੋ, ਉਹਨਾਂ ਦੇ ਦਾੜੇ ਪ੍ਰਕਾਸ਼ ਨੇ, ਸਿਰ ਤੇ ਜੂੜੇ ਨੇ, ਔਰ ਉਹ ਕੋਈ ਬੈਠੇ ਕੰਮ ਕਰ ਰਹੇ ਨੇ, ਔਰ ਮਤਲਬ ਕਸ਼ਹਿਰੇ ਪਾਏ ਹੋਏ ਨੇ। ਮੇਰੇ ਬਾਪੂ ਜੀ ਵੀ ਕਸ਼ਹਿਰਾ ਹੀ ਪਾਉਂਦੇ ਸੀ ਸਾਰੀ ਜ਼ਿੰਦਗੀ, ਨਾ ਉਹਨਾਂ ਨੇ ਦਾੜੀ ਨਾ ਉਹਨਾਂ ਨੇ ਕੇਸ ਕਦੇ ਵੀ ਮਤਲਬ ਇਹੋ ਜਿਹਾ ਕੁਛ ਨਹੀਂ ਕੀਤਾ, ਦਾੜੀ ਕੇਸ ਉਹਨਾਂ ਨੇ ਬਾਕਾਇਦਾ ਰੱਖੇ, ਉਹ ਪੱਗ ਬੰਨਦੇ ਸੀ, ਔਰ ਉਹ ਜਿਹੜੀਆਂ ਮੈਨੂੰ ਗੱਲਾਂ ਸੁਣਾਉਂਦੇ ਸੀ ਜਾਂ ਉਹ ਮੈਨੂੰ ਕਿਤਾਬਾਂ ਪੜ੍ਹਨ ਨੂੰ ਦਿੰਦੇ ਸੀ, ਉਹ ਰਸ਼ੀਆ ਦੀਆਂ ਕਿਤਾਬਾਂ, ਪੰਜਾਬੀ ਸਾਹਿਤ ਦੀਆਂ ਕਿਤਾਬਾਂ, ਅਤੇ ਨਾਲ ਦੀ ਨਾਲ ਮੈਨੂੰ ਜਿੰਨੀਆਂ ਵੀ ਇਤਿਹਾਸਿਕ ਘਟਨਾਵਾਂ ਰਾਤ ਨੂੰ ਜਿਹੜੀਆਂ ਗੱਲਾਂ ਸੁਣਾਉਂਦੇ ਹੁੰਦੇ ਸੀ, ਉਹ ਸਾਰੀਆਂ ਮਹਾਰਾਜਾ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਇਹ ਹੀ ਸੁਣਾਉਂਦੇ ਸੀ ਉਹ ਮੈਨੂੰ। ਹਰੀ ਸਿੰਘ ਨਲੂਆ ਬਾਰੇ ਮੈਂ ਬਾਪੂ ਤੋਂ ਹੀ ਸੁਣਿਆ ਸੀ। ਉਹ ਕਾਮਰੇਡ ਨਹੀਂ ਸੀਗੇ ਜਿਹੜਾ ਕਾਮਰੇਡਾਂ ਦਾ ਬਿੰਬ ਪਿਛਲੇ 8-10 ਸਾਲਾਂ ਤੋਂ ਫੇਸਬੁੱਕ 'ਤੇ ਬਣਾਇਆ ਗਿਆ, ਹੈਗੇ ਆ, ਹੋਣਗੇ ਇੱਦਾਂ ਦੇ ਵੀ ਹੈਗੇ ਆ, ਮਤਲਬ ਸਾਡੇ ਵਾਲੇ ਸਿੰਘ ਆ ਜਿਹੜੇ ਉਹ ਅਤੇ ਉਹ ਕਾਮਰੇਡਾਂ ਦੇ ਨਾਲ ਮਤਲਬ ਫੇਸਬੁੱਕ 'ਤੇ ਸਿੰਘ ਫਸਾਈ ਰੱਖਦੇ ਨੇ। ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ ਵੀ ਇਹ ਸਾਰਾ ਕੁਛ ਜਿਹੜਾ ਖਿਲ ਰਿਹਾ, ਇਹ ਇੱਕ ਇਨਕਲਾਬੀ ਦਾ ਬਿੰਬ ਜਿਹੜਾ ਟੁੱਟਿਆ, ਇਹ ਮੈਨੂੰ ਬਹੁਤ ਦੁੱਖ ਹੁੰਦਾ। ਜਦੋਂ ਤੁਸੀਂ ਜੇ ਸਿੱਖ ਸਕੋਲਰ ਦੀ ਗੱਲ ਕਰੋ, ਕਿਸੇ ਸਿੱਖ ਫਿਲਾਸਫਰ ਦੀ ਅੱਜ ਦੀ ਡੇਟ ਦੇ ਵਿੱਚ ਗੱਲ ਕਰੋ ਤਾਂ ਬਾਈ ਅਜਮੇਰ ਸਿੰਘ, ਉਹ ਵੀ ਪਹਿਲਾਂ ਕਾਮਰੇਡ ਹੀ ਸੀਗੇ ਹੈ ਨਾ, ਨਕਸਲਾਈਟ ਮੂਵਮੈਂਟ ਦੇ, ਰਾਮਪੁਰਾ ਫੂਲ ਕੋਲੇ ਪਿੰਡ ਆ, ਉਹ ਵੀ ਮੇਰੇ ਲਈ ਬਹੁਤ ਸਤਿਕਾਰਯੋਗ ਨੇ, ਬਹੁਤ ਮੈਨੂੰ ਪਿਆਰ ਕਰਦੇ ਨੇ ਉਹ, ਮੈਂ ਉਹਨਾਂ ਨੂੰ ਬਹੁਤ ਸਤਿਕਾਰ ਦਿੰਦਾ, ਮੈਂ ਉਹਨਾਂ ਦਾ ਸਾਹਿਤ ਪੜ੍ਹਦਾ। ਇੱਦਾਂ ਦਾ ਸਾਡੇ ਘਰ ਦੇ ਵਿੱਚ ਕੋਈ ਉਹ ਨਹੀਂ ਸੀਗਾ ਕਿ ਅਸੀਂ ਕੋਈ ਸਿੱਖੀ ਦੀ ਜਾਂ ਕਿਸੇ ਧਰਮ ਦੀ ਗੱਲ ਨਹੀਂ ਕਰਨੀ, ਇੱਦਾਂ ਦਾ ਕੁਛ ਨਹੀਂ ਸੀਗਾ। ਬਾਕੀ ਇਹ ਗੱਲ ਹੁੰਦੀ ਹੈ ਕਿ ਜਵਾਨੀ ਵੇਲੇ ਹਰ ਬੰਦਾ ਹੀ ਬਾਗੀ ਹੁੰਦਾ, ਉਹ ਧਰਮ ਧੁਰਮ ਨੂੰ ਐਂ ਗੱਲ ਕਰਦਾ ਹੁੰਦਾ ਕਿ ਮੈਂ ਨਹੀਂ ਮੰਗਦਾ ਕਿਸੇ ਧਰਮ ਧੁਰਮ ਨੂੰ, ਉਹ ਸ਼ਬਦ ਹੀ ਇਹ ਯੂਜ਼ ਕਰਦਾ ਹੁੰਦਾ, ਜਾਂ ਰੱਬ ਰੁੱਬ ਨੂੰ ਮੈਂ ਨਹੀਂ ਮੰਨਦਾ ਹੈ ਨਾ, ਉਹ ਆਪਣੀਆਂ ਉਹਦੀਆਂ ਪ੍ਰੋਬਲਮਾਂ ਹੁੰਦੀਆਂ ਜਿਨ੍ਹਾਂ ਕਰਕੇ ਉਹਨੂੰ ਲੱਗਦਾ ਹੁੰਦਾ ਕਿ ਮੈਂ ਤਾਂ ਬਾਗੀ ਹਾਂ, ਉਨਾ ਕੁ ਬਾਗੀ ਮੈਂ ਵੀ ਸੀਗਾ। ਅਤੇ ਪਰ ਮੇਰੇ ਬਚਪਨ ਤੋਂ ਵੀ
ਵਾਲ ਰੱਖੇ ਹੋਏ ਸੀ। ਫਿਰ ਕਾਲਜ ਟਾਈਮ ਵੀ 84 ਦੇ ਟਾਈਮ ਦੇ ਵਿੱਚ ਮੈਨੂੰ ਦੋ ਵਾਰੀ ਪੁਲਿਸ ਨੇ ਚੱਕ ਲਿਆ ਸੀ, ਸੀ ਆਰ ਪੀ ਨੇ। ਇੱਕ ਵਾਰੀ ਤਾਂ ਪਟਿਆਲੇ ਫੂਲ ਸਿਨਮੇ ਕੋਲ, ਇੱਕ ਵਾਰੀ ਬਠਿੰਡਾ ਪਟਿਆਲਾ ਜਿਹੜੀ ਡੀਲੈਕਸ ਬੱਸ ਆ ਉਹਦੇ 'ਚੋਂ ਸੰਗਰੂਰ ਤੋਂ ਬਾਹਰ ਰਾਹ 'ਚ ਰੋਕ ਕੇ ਉਤਾਰ ਲਿਆ ਸੀ। ਮੈਂ ਘਰ ਇਕੱਲਾ ਸੀਗਾ, ਤੋ ਮੈਂ ਇਸ ਗੱਲ ਤੋਂ ਥੋੜ੍ਹਾ ਜਿਹਾ ਮਤਲਬ ਉੱਖੜ ਗਿਆ ਮਾਨਸਿਕ ਤੌਰ 'ਤੇ, ਕਿ ਮੈਨੂੰ ਇੱਦਾਂ ਲੱਗਿਆ ਕਿ ਇਹ ਮੇਰੀ ਜਿਹੜੀ ਦਿੱਖ ਆ ਇਹ ਮੈਨੂੰ ਮਤਲਬ ਉਹ, ਕਿਉਂਕਿ ਮੈਂ ਉਹਨਾਂ ਲੋਕਾਂ 'ਚੋਂ ਕਿ ਮੈਂ ਜੇ ਮੈਂ ਪੱਗ ਬੰਨਦਾ ਸੀ ਤਾਂ ਉਸ ਵਕਤ ਵੀ ਮੈਂ ਦਾੜੀ ਨਹੀਂ ਸੀ ਕੱਟਦਾ, ਹੈ ਨਾ। ਮੈਨੂੰ ਇੱਦਾਂ ਲੱਗਦਾ ਸੀ ਕਿ ਯਾਰ ਜੇ ਦਾੜੀ ਕੱਟਣੀ ਆ ਤਾਂ ਫਿਰ ਮੈਨੂੰ ਲੱਗਦਾ ਸੀ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਨੂੰ ਲੱਗਦਾ ਸੀ ਕਿ ਫਿਰ ਤੁਸੀਂ ਪੱਗ ਵੀ ਲਾ ਦਿਓ। ਬਿਲਕੁਲ। ਤੋ ਮੈਂ ਇੱਕ ਜਜ਼ਬਾਤੀ ਮੇਰਾ ਫੈਸਲਾ ਸੀ ਜਿਹੜਾ ਕਿ ਗਲਤ ਵੀ ਸੀਗਾ, ਪਰ ਉਹ ਮੈਂ ਉਸ ਟਾਈਮ ਦਾੜੀ ਕੇਸ ਜਿਹੜੇ ਸੀਗੇ ਉਹ ਕਟਵਾ ਦਿੱਤੇ ਸੀ। ਪਰ ਉਹ ਮੇਰੇ ਬਾਪੂ ਨੂੰ ਵੀ ਨਹੀਂ ਸੀ ਪਸੰਦ, ਮੇਰੇ ਵੱਡੇ ਬੀ ਜੀ ਜਿਹੜੇ ਮੇਰੀ ਬੇਬੇ ਮੇਰੇ ਮਾਸੀ ਜੀ ਸੀਗੇ ਅਸਲ 'ਚ, ਉਹਨਾਂ ਨੂੰ ਵੀ ਨਹੀਂ ਸੀ ਪਸੰਦ, ਕਿਸੇ ਨੂੰ ਵੀ ਨਹੀਂ ਸੀ ਪਸੰਦ। ਮੇਰੇ ਭੈਣ ਜੀ ਨੇ ਉਹ ਅੱਜ ਤੱਕ ਵੀ ਮੇਰੇ ਵਾਲ ਆ ਜਿਹੜੇ ਉਹ ਸਾਂਭ ਕੇ ਰੱਖੇ ਹੋਏ ਆ, ਅੱਜ ਵੀ ਉਹ ਮਤਲਬ ਇਸ ਗੱਲ ਨੂੰ ਬਹੁਤ ਟਾਈਮ ਹੋ ਗਿਆ, ਉਹ ਅੱਜ ਵੀ ਉਹਨਾਂ ਨੇ ਵਾਲ ਮੇਰੇ ਜਿਹੜੇ ਸੀਗੇ ਕੱਟੇ ਉਹ ਸਾਂਭ ਕੇ ਰੱਖੇ ਹੋਏ ਆ। ਫਿਰ ਮੈਂ ਦੁਬਾਰਾ ਜਦੋਂ ਆਇਆ ਤਾਂ ਇਸ ਸਰੂਪ ਦੇ ਵਿੱਚ ਤਾਂ ਮੈਂ ਆਪਦੇ ਬਾਪੂ ਜੀ ਦੇ ਜਿਉਂਦੇ ਜੀ ਹੀ ਆ ਗਿਆ ਸੀ, ਤਾਂ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ। ਫਿਰ ਉਹ ਮਤਲਬ ਹੱਸਦੇ ਹੁੰਦੇ ਵੀ ਹਾਂ, ਉਹਨਾਂ ਦੀ ਸਟਾਈਲ ਸੀ ਇੱਕ ਗੱਲ ਕਰਨ ਦਾ, ਬਹੁਤ ਹੀ ਖੁਸ਼ ਮਜ਼ਾਜ ਬੰਦੇ ਸੀ। ਉਹਨਾਂ ਨੇ ਹੈ ਵੇ ਜੱਚਦਾ ਬਾਈ ਸਿੰਘ, ਉਹਨਾਂ ਨੇ ਐਂ ਕਰਕੇ ਗੱਲ ਕਰਨੀ। ਮੈਨੂੰ ਚੰਗਾ ਲੱਗਦਾ ਇਹ ਗੱਲ ਸੋਚ ਕੇ ਕਿ ਮੇਰੀ ਬੇਬੇ ਦੇ ਜਾਣ ਤੋਂ ਬਾਅਦ ਜਾਂ ਮੇਰੇ ਬਾਪੂ ਦੇ ਜਾਣ ਤੋਂ ਬਾਅਦ ਜਾਂ ਮੇਰੇ ਮਦਰ ਮੇਰੀ ਮਾਂ ਜਨਮਦਾਤੀ ਮਾਂ ਜਿਹੜੀ ਉਹਦੇ ਜਾਣ ਤੋਂ ਬਾਅਦ ਮੈਂ ਇਸ ਸਰੂਪ ਨੂੰ ਸਾਂਭ ਸਕਿਆ ਅਤੇ ਸਾਂਭ ਰਿਹਾ। ਇਹ ਮੇਰੇ ਲਈ ਇੱਕ ਮਾਨਸਿਕ ਸੰਤੁਸ਼ਟੀ ਦੀ ਗੱਲ ਆ। ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਨੂੰ ਇਹ ਚੰਗਾ ਲੱਗਦਾ ਸੀਗਾ ਅਤੇ ਮੈਂ ਇਹ ਗੱਲ ਨੂੰ ਪੂਰੀ ਤਰ੍ਹਾਂ ਸਮਝ ਕੇ ਆਇਆ, ਮੈਂ ਕਿਸੇ ਭਾਵਕਤਾ 'ਚ ਨਹੀਂ ਆਇਆ, ਬਹੁਤ ਹੀ ਸਮਝ ਕੇ ਆਇਆ ਕਿ ਅਸਲ ਦੇ ਵਿੱਚ ਜਿਹਨੂੰ ਕਹਿੰਦੇ ਹੁੰਦੇ ਆ ਵੀ ਆ ਗਿਆ ਅੰਨੇ ਵਾਲੀ ਥਾਂ 'ਤੇ, ਇਹ ਅੰਨੇ ਵਾਲੀ ਥਾਂ ਹੈ ਅਸਲ ਦੇ ਵਿੱਚ ਕਿ ਇਸ ਸਰੂਪ, ਕਿਉਂਕਿ ਇਹ ਉਹ ਸਰੂਪ ਆ ਜਦੋਂ ਮੈਂ ਫੋਟੋਆਂ ਦੇਖਦਾ ਹੁੰਦਾ ਸੀ ਕਿ ਸਾਡੇ ਜਿਹੜੇ ਵੱਡੇ ਰਾਈਟਰ ਹੋਏ ਨੇ, ਸਾਡੇ ਜਿਹੜੇ ਰਹਿਨੁਮਾ ਹੋਏ ਨੇ ਸਾਡੇ ਸਿੱਖੀ ਦੇ, ਜਦੋਂ ਮੈਂ ਭਾਈ ਵੀਰ ਸਿੰਘ ਹੋਰਾਂ ਦੀ ਫੋਟੋ ਦੇਖਦਾ ਹੁੰਦਾ ਸੀ ਜਾਂ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ ਫੋਟੋ ਦੇਖਦਾ ਹੁੰਦਾ ਸੀ ਜਾਂ ਭਾਈ ਜੋਧ ਸਿੰਘ ਹੋਰਾਂ ਦੀ ਫੋਟੋ ਦੇਖਦਾ ਹੁੰਦਾ ਸੀ ਜਾਂ ਭਾਈ ਕਾਨ ਸਿੰਘ ਨਾਭਾ ਹੋਰਾਂ ਦੀ ਫੋਟੋ ਦੇਖਦਾ ਹੁੰਦਾ ਸੀ, ਤਾਂ ਮੈਂ ਇਹ ਬਹੁਤ ਅੰਦਰੋਂ ਸੋਚਦਾ ਹੁੰਦਾ ਸੀ ਕਿ ਜਦੋਂ ਮੈਂ ਇਹਨਾਂ ਦੀ ਉਮਰ ਦਾ ਹੋਵਾਂ ਮੇਰੀ ਇੱਦਾਂ ਦੀ ਦਿੱਖ ਹੋਵੇ। ਇਸ ਕਰਕੇ ਮੈਂ ਆਪਦੇ ਆਪ ਨੂੰ ਬਹੁਤ ਵੱਡਭਾਗਾ ਸਮਝਦਾ ਕਿ ਉੱਦਾਂ ਤਾਂ ਮੈਂ ਉਹਨਾਂ ਦੀ ਜੁੱਤੀ ਦੇ ਰੇਤੇ ਦੇ ਵੀ ਤੁਲ ਨਹੀਂ, ਪਰ ਦਿੱਖ ਨੂੰ ਮੈਂ ਇਸ ਨੂੰ ਕਾਇਮ ਰੱਖਣੀ ਚਾਹੁੰਦਾ, ਇਹ ਮੇਰੀ ਦਿੱਖ ਜਿਹੜੀ ਹੈ ਇਹ ਮੈਨੂੰ ਬਹੁਤ ਪਿਆਰੀ ਹੈ। ਨਹੀਂ ਬਿਲਕੁਲ, ਅਸੀਂ ਮੈਂ ਸਮਝ ਸਕਦੀ ਹਾਂ ਤੁਹਾਡੀਆਂ ਭਾਵਨਾਵਾਂ ਜਿਹੜੀਆਂ, ਕਿਉਂਕਿ ਤੁਹਾਨੂੰ ਜਨਮ ਤੋਂ ਚੀਜ਼ਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ, ਹੈ ਨਾ। ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਇਸ ਜਿਹੜੇ ਆਪਣੇ ਸਰੂਪ ਨੂੰ ਬਰਕਰਾਰ ਰੱਖ ਸਕੋ, ਤਮਾਮ ਉਮਰ ਇਸ 'ਤੇ ਤੁਸੀਂ ਡਟੇ ਰਹੋ। ਅਤੇ ਮੈਂ ਗੱਲ ਅੱਗੇ ਤੋਰਨੀ ਚਾਹੂੰਗੀ ਕਿ ਤੁਸੀਂ ਜਿਵੇਂ ਹੁਣ ਗੱਲਾਂ 'ਚ ਜ਼ਿਕਰ ਕੀਤਾ, ਤੁਸੀਂ ਹਰ ਇੱਕ ਨਾਲ ਹੀ ਬਹੁਤ ਜੁੜੇ ਹੋਏ ਹੋ ਆਪਣੇ
ਸਾਰੇ ਪਰਿਵਾਰ ਨਾਲ ਤੁਹਾਡਾ ਮੋਹ ਪਿਆਰ ਆ ਜਿਹੜਾ ਬਹੁਤਾ ਤੁਸੀਂ ਜ਼ਿਕਰ ਕਰ ਰਹੇ ਹੋ, ਆਪਣੇ ਬਾਪੂ ਜੀ ਦਾ, ਬੇਬੇ ਜੀ ਅਤੇ ਤੁਹਾਡੇ ਵੱਡੇ ਭੈਣ, ਜਿਨ੍ਹਾਂ ਨੂੰ ਹਮੇਸ਼ਾ ਤੁਸੀਂ ਲਿਖਤਾਂ 'ਚ ਵੀ ਲਿਖਦੇ ਹੋ ਕਿ ਮੇਰੇ ਮਾਂ ਸਮਾਨ ਨੇ ਉਹ, ਪਰ ਬਾਪੂ ਜੀ ਨਾਲ ਤੁਸੀਂ ਬਹੁਤ ਦਿਲੋਂ ਜੁੜੇ ਹੋਏ ਸੀ, ਉਸ ਤੋਂ ਬਾਅਦ ਪਰਿਵਾਰ ਦਾ ਕਿਹੜਾ ਮੈਂਬਰ ਆ ਵੀ ਜਿਹਨੂੰ ਲੱਗਦਾ, ਜਿਹਦੇ ਅੱਗੇ ਲੱਗਦਾ ਕਿ ਅਮਰਦੀਪ ਬਾਪੂ ਜੀ ਤਰ੍ਹਾਂ ਹੀ ਆਪਣਾ ਦਿਲ ਫਰੋਲ ਕੇ ਰੱਖ ਦਿੰਦੇ ਨੇ? ਮੈਂ ਸਭ ਤੋਂ ਜ਼ਿਆਦਾ ਐਕਚੁਅਲੀ ਆਪਣੇ ਬੇਬੇ ਨਾਲ ਜੁੜਿਆ ਸੀ, ਜਿਹੜੇ ਦੁਨਿਆਵੀ ਰਿਸ਼ਤੇ ਦੇ ਵਿੱਚ ਮੇਰੇ ਮਾਸੀ ਜੀ ਸੀਗੇ, ਪਰ ਮੈਂ ਉਹਨਾਂ ਨੂੰ ਮਾਂ ਕਿਹਾ ਕਿਉਂਕਿ ਮੈਂ ਆਪਣੀ ਮਾਂ ਨੂੰ ਮਾਸੀ ਕਿਹਾ, ਅਤੇ ਉਹਨਾਂ ਨਾਲ ਮੈਂ ਸਭ ਤੋਂ ਜ਼ਿਆਦਾ ਜੁੜਿਆ ਹੋਇਆ ਸੀ। ਉਹਨਾਂ ਦੇ ਕੋਈ ਬੇਟਾ ਨਹੀਂ ਸੀ, ਮੇਰੀਆਂ ਦੋ ਭੈਣਾਂ ਨੇ, ਮੇਰੇ ਰੀਅਲ ਕੋਈ ਭੈਣ ਭਰਾ ਹੈ ਨਹੀਂ ਸੀ, ਮੈਨੂੰ ਉਹਨਾਂ ਨੇ ਹੀ ਪਾਲਿਆ। ਮੈਂ ਉਹਨਾਂ ਦੇ ਉਹਨਾਂ ਨੂੰ, ਕਿਉਂਕਿ ਮੇਰੀਆਂ ਭੈਣਾਂ ਉਹਨਾਂ ਨੂੰ ਬੇਬੇ ਕਹਿੰਦੀਆਂ ਸੀ, ਕਿਉਂਕਿ ਉਹਨਾਂ ਦੀ ਤਾਂ ਬੇਬੇ ਸੀ ਉਹ, ਮੈਂ ਵੀ ਉਹਨਾਂ ਦੀ ਮਗਰ ਲੱਗ ਕੇ ਬਸ ਉਸ ਔਰਤ ਦਾ ਹੀ ਮੇਰੇ 'ਤੇ ਸਭ ਤੋਂ ਵੱਡਾ ਪ੍ਰਭਾਵ ਆ। ਉਹ ਬਹੁਤ ਮਹਾਨ ਔਰਤ ਸੀ, ਉਹਨੇ ਬਹੁਤ ਜ਼ਿੰਦਗੀ 'ਚ ਦੁੱਖ ਸਹੇ, ਅਨਪੜ੍ਹ ਸੀ ਪਰ ਬਹੁਤ ਦੂਰ ਅੰਦੇਸ਼, ਬਹੁਤ ਸਿਆਣੀ ਔਰਤ ਸੀ ਉਹ। ਉਹ 15 ਸਾਲ ਮੰਜੇ 'ਤੇ ਪਏ ਰਹੇ, ਫਿਰ ਉਹਨਾਂ ਦਾ ਜਿਹੜਾ ਸਰੀਰਕ ਵਿਛੋੜਾ ਹੋਇਆ, ਪਰ ਉਹ ਬਹੁਤ ਹੀ ਪਿਆਰੇ ਸੀ। ਮਾਂ ਹਰੇਕ ਹੀ ਪਿਆਰੀ ਹੁੰਦੀ ਆ, ਪਰ ਉਹ ਇੱਕ ਦੈਵੀ ਜਿਹਨੂੰ ਕਹਿੰਦੇ ਹੁੰਦੇ ਆ, ਰੂਹਾਨੀ ਸ਼ਖਸੀਅਤ ਸੀ। ਕਦੇ ਗੁਰਦੁਆਰੇ ਨਹੀਂ ਸੀ ਗਏ, ਕਦੇ ਪਾਠ ਨਹੀਂ ਸੀ ਕੀਤਾ, ਕੰਮ ਹੀ ਇੰਨਾ ਕਰਦੇ ਸੀ, ਮਿਹਨਤ ਹੀ ਇੰਨੀ ਕਰਦੇ ਸੀ। ਘਰ ਕਿਵੇਂ ਸੰਭਾਲਿਆ, ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ, ਕਿਵੇਂ ਉਹ ਔਖੇ ਹੋਏ, ਬਿਮਾਰ ਹੋਏ, ਧੀਆਂ ਕਿਵੇਂ ਪੜ੍ਹਾਈਆਂ। ਉਹਨਾਂ ਨੂੰ ਪਤਾ ਸੀ ਕਿ ਕੁੜੀਆਂ ਨੂੰ ਪੜ੍ਹਾਉਣਾ, ਮਤਲਬ ਮੇਰੀ ਛੋਟੀ ਭੈਣ ਜਿਹੜੇ ਮਨਦੀਪ, ਜਿਹੜੇ ਪ੍ਰੋਫੈਸਰ ਟਾਇਰ ਹੋਏ, ਉਹਨਾਂ ਨੂੰ ਖਿੱਚ ਕੇ ਧੂ ਕੇ ਮਤਲਬ ਸਕੂਲ ਲੈ ਕੇ ਜਾਂਦੇ ਹੁੰਦੇ, ਅਤੇ ਉਹ ਰਾਹ 'ਚ ਜਿਹੜੇ ਲੋਕ ਬੈਠੇ ਹੁੰਦੇ, ਮੇਰੇ ਨਾਨਕਿਆਂ ਦੀ ਗੱਲ ਆ, ਜਿਉਂਦਾ ਮੇਰੇ ਨਾਨਕੇ ਰਾਮਪੁਰਾ ਫੂਲ ਕੋਲੇ, ਅਤੇ ਉਹ ਸਾਰੇ ਕਹਿੰਦੇ ਹੁੰਦੇ ਵੀ ਉਹ ਜਿਵੇਂ ਆਦਤ ਹੁੰਦੀ ਆ ਹੈ ਨਾ ਪੇਕਿਆਂ ਵਾਲੇ, ਉਹ ਸਹੁਰੀਏ ਨੂੰ ਪੜ੍ਹਾ ਕੇ ਦੱਸ ਤੂੰ ਕਿ DC ਲਾ ਦੇਂਗੀ, ਤਾਂ ਉਹਨੂੰ ਪਤਾ ਸੀ ਵੀ ਕੁਛ ਵੀ ਹੋ ਜਾਵੇ ਮੈਂ ਜਿਹੜੇ ਦੁੱਖ ਸਹੇ ਨੇ, ਜੋ ਕੁਛ ਵੀ ਆ ਉਹਦੇ 'ਚ ਮੇਰੇ ਅਨਪੜ੍ਹ ਹੋਣ ਦਾ ਬਹੁਤ ਹੱਥ ਆ, ਅਤੇ ਮੇਰੀਆਂ ਕੁੜੀਆਂ ਉਹ ਮੇਰੀਆਂ ਧੀਆਂ ਉਹ ਦੁੱਖ ਨਾ ਸਹਿਣ, ਉਹਨਾਂ ਨੇ ਉਹਨਾਂ ਨੂੰ ਪੜ੍ਹਾਇਆ ਹੈ ਨਾ। ਉਸ ਤੋਂ ਬਾਅਦ ਮੇਰੀਆਂ ਭੈਣਾਂ, ਵੱਡੀ ਭੈਣ, ਛੋਟੀ ਭੈਣ, ਵੱਡੀ ਪ੍ਰਕਾਸ਼ ਕੌਰ, ਛੋਟੀ ਮਨਦੀਪ, ਫਿਰ ਮੇਰੇ ਜਨਮਦਾਤੀ ਮਾਂ ਜੋਗਿੰਦਰ ਕੌਰ, ਮੇਰੀ ਬੇਬੇ ਦਾ ਨਾਂ ਸੁਰਜੀਤ ਕੌਰ ਸੀ। ਇਹ 4 ਔਰਤਾਂ ਦਾ ਮੇਰੇ 'ਤੇ ਸਭ ਤੋਂ ਵੱਧ ਪ੍ਰਭਾਵ ਆ। ਪਰ ਜਦੋਂ ਮੈਂ ਦੁਨਿਆਵੀ ਤੌਰ 'ਤੇ ਬਾਹਰ ਵਿਚਰਦਾ, ਜਾਂ ਮੈਂ ਪੜ੍ਹਨਾ ਜਾਂ ਲਿਖਣਾ, ਜਾਂ ਮੈਂ ਇੱਕ ਰਾਜਨੀਤਿਕ ਸੋਚ ਦੀ ਗੱਲ ਕਰਦਾ, ਜਾਂ ਇੱਕ ਇਮਾਨਦਾਰ ਸ਼ਖਸੀਅਤ ਦੀ ਗੱਲ ਕਰਦਾ, ਫਿਰ ਮੇਰੇ ਬਾਪੂ ਦਾ ਨਾਂ ਆਉਂਦਾ। ਫਿਰ ਮੇਰੇ ਲਈ ਮੇਰਾ ਬਾਪੂ ਇੱਕ ਮਹਾਨ ਬੰਦਾ ਸੀ। ਉਹ ਬਹੁਤ ਇਮਾਨਦਾਰ ਸੀ, ਉਹ ਬਹੁਤ ਡੈਡੀਕੇਟਿਡ ਸੀ, ਉਹ ਬਹੁਤ ਸੂਰਮਾ ਸੀ। ਬਾਪੂ ਕਹਿੰਦਾ ਹੁੰਦਾ ਕਿ ਕਿਸੇ ਮਨੁੱਖ ਦੀ ਦਾ ਸੂਰਮਾ ਹੋਣਾ ਬਹੁਤ ਵੱਡਾ ਗੁਣ ਆ। ਇਸ ਕਰਕੇ ਬਾਪੂ ਕਈ ਵਾਰ ਆਪਦੇ ਵਿਚਾਰਧਾਰਾ ਤੋਂ ਉਲਟ ਬੰਦਿਆਂ ਦੀ ਵੀ ਪ੍ਰਸ਼ੰਸਾ ਕਰਦਾ ਹੁੰਦਾ ਕਿ ਯਾਰ ਕੁਛ ਵੀ ਹੈ ਉਹ ਸੂਰਮਾ। ਅਤੇ ਕਿਉਂਕਿ ਮੈਂ ਅਤੇ ਬਾਪੂ ਇਕੱਠੇ ਰਹੇ ਨਹੀਂ ਕਦੇ, ਅਸੀਂ ਸਿਰਫ 5 ਸਾਲ ਹੀ ਰਹੇ ਹਾਂ ਇਕੱਠੇ ਇੱਕ ਛੱਤ ਹੇਠਾਂ, ਪਰ ਮੈਨੂੰ ਹਮੇਸ਼ਾ ਅਸੀਂ ਲੜ ਵੀ ਪੈਂਦੇ ਸੀ, ਲੜੇ ਵੀ ਹਾਂ, ਬਹੁਤ ਬੁਰੀ ਤਰੀਕੇ ਨਾਲ ਵੀ ਲੜੇ ਹਾਂ ਅਸੀਂ, ਪਰ ਉਹਨਾਂ ਦੇ ਅੰਤਿਮ ਸਮੇਂ ਤੱਕ
ਆਉਂਦੇ ਆਉਂਦੇ ਮੈਨੂੰ ਇਹ ਗੱਲ ਸਮਝ ਆ ਗਈ ਸੀ ਕਿ ਮੇਰਾ ਬਾਪੂ ਬਹੁਤ ਮਹਾਨ ਹੈ, ਇਹੋ ਜਿਹੇ ਬੰਦੇ ਸ਼ਾਇਦ ਆਉਣ ਵਾਲੇ ਸਮਿਆਂ ਦੇ ਵਿੱਚ ਨਹੀਂ ਮਿਲਣਗੇ। ਬਿਲਕੁਲ। ਤਾਂ ਉਸ ਗੱਲ ਕਰਕੇ ਮੇਰਾ ਬਾਪੂ 'ਤੇ ਵੀ ਬਹੁਤ ਮੇਰਾ ਮੈਨੂੰ ਉਹਨਾਂ 'ਤੇ ਮਾਣ ਆ, ਬਹੁਤ ਮੈਂ ਸੋਚਦਾ। ਮੇਰੇ ਬੇਟੇ ਨੇ, ਮੇਰੀ ਵਾਈਫ ਆ, ਉਹ ਬਹੁਤ ਨੇਕ ਔਰਤ ਆ, ਉਹਨੇ ਘਰ ਸਾਂਭਿਆ। ਬਿਲਕੁਲ। ਮਤਲਬ 30 ਸਾਲ ਹੋ ਜਾਣਗੇ ਸਾਡੇ ਵਿਆਹ ਨੂੰ। ਉਹ ਵਿਚਾਰੀ ਔਖੀ ਰਹੀ, ਸੌਖੀ ਰਹੀ, ਕਿਉਂਕਿ ਮੇਰੇ ਵਰਗੇ ਬੰਦਿਆਂ ਨਾਲ ਵਿਆਹ ਕਰਾ ਕੇ ਤੁਸੀਂ ਆਰਥਿਕ ਤੌਰ 'ਤੇ ਜਾਂ ਊਂ ਦੁਨਿਆਵੀ ਤੌਰ 'ਤੇ ਬਾਹਲੇ ਸੁਖੀ ਨਹੀਂ ਹੋ ਸਕਦੇ ਹੁੰਦੇ, ਕਿਉਂਕਿ ਅਸੀਂ ਇੱਦਾਂ ਦੇ ਹੀ ਹੁੰਦੇ ਹਾਂ, ਮਲੰਗ ਹੁੰਦੇ ਹਾਂ ਅਸੀਂ। ਹਾਂਜੀ। ਪਰ ਉਹਨੇ ਫਿਰ ਵੀ ਕੋਈ ਮਤਲਬ ਕੋਈ ਸ਼ਿਕਾਇਤ ਨਹੀਂ ਕੀਤੀ, ਉਹ ਘਰ ਸਾਂਭਦੀ ਆ। ਬਾਕੀ ਮੇਰੇ ਸਾਰੇ ਹੀ ਬਹੁਤ ਪਿਆਰੇ ਨੇ, ਮੇਰੇ ਦੋਸਤ ਬਹੁਤ ਪਿਆਰੇ ਨੇ ਮੈਨੂੰ, ਮੇਰੇ ਨਾਲ ਜਿਹੜੇ ਕੰਮ ਕਰਦੇ ਨੇ, ਕੁੜੀਆਂ ਨੇ, ਮੁੰਡੇ ਨੇ, ਜਿਨ੍ਹਾਂ ਲਈ ਮੈਂ ਬਾਈ ਹਾਂ। ਬਿਲਕੁਲ, ਦਿਲੋਂ ਪਿਆਰ। ਹਾਂ, ਉਹਨਾਂ ਨਾਲ, ਸਾਰਿਆਂ ਨਾਲ ਹੀ ਮੈਨੂੰ ਬਹੁਤ ਪਿਆਰ। ਜਿਵੇਂ ਗੱਲ ਤੁਸੀਂ ਆਰਥਿਕਤਾ ਦੀ ਕਰ ਰਹੇ ਹੋ, ਇੱਕ ਜਗ੍ਹਾ ਤੁਸੀਂ ਲਿਖਦੇ ਹੋ ਕਿ ਤੁਹਾਡੇ ਗਾਏ ਹੋਏ ਗੀਤਾਂ ਨਾਲ ਇੱਕ ਗਾਇਕ ਦਾ ਪੁੱਤਰ ਆ ਜਿਹੜਾ ਗੱਡੀ ਖਰੀਦਦਾ ਹੈ ਉਸ ਕਮਾਈ ਨਾਲ, ਅਤੇ ਉਸ ਤੋਂ ਬਾਅਦ ਇੱਕ ਗੀਤਕਾਰ ਦੇ ਉੱਤੇ ਚਿੱਕੜ ਸੁੱਟਦਾ ਉਸ ਕਾਰ ਨਾਲ ਲੰਘਦਾ ਹੈ। ਤੁਹਾਡੇ ਮਨ 'ਚ ਇਹ ਸ਼ਿਕਵਾ ਕਿਤੇ ਨਾ ਕਿਤੇ ਹੈ? ਕਿਉਂਕਿ ਅੱਜ ਕੱਲ੍ਹ ਦੇ ਬਹੁਤ ਜਿਹੜੇ ਗੀਤਕਾਰ ਨੇ ਉਹਨਾਂ ਨੂੰ ਸ਼ਿਕਵਾ ਹੈ ਕਿ ਉਹਨਾਂ ਨੂੰ ਆਪਣਾ ਜਿਹੜਾ ਮਿਹਨਤ ਦਾ ਮੁੱਲ ਉਸ ਕਦਰ ਨਹੀਂ ਮਿਲਿਆ ਜਿੰਨਾ ਪੈਸਾ ਉਹਨਾਂ ਦੇ ਗਾਏ ਹੋਏ ਗੀਤਾਂ ਤੋਂ ਗਾਇਕਾਂ ਨੇ ਕਮਾਇਆ ਹੈ। ਇਸ ਕਦਰ ਕੋਈ ਮਨ ਦੇ ਵਿੱਚ ਸ਼ਿਕਵਾ ਨਹੀਂ? ਮੈਨੂੰ ਕੋਈ ਸ਼ਿਕਵਾ ਨਹੀਂ ਇੱਦਾਂ ਦਾ। ਹਾਂਜੀ। ਸਾਰੇ ਮੇਰੇ ਬਹੁਤ ਹੀ ਭਰਾਵਾਂ ਵਾਂਗੂ ਉਹਨਾਂ ਨੇ ਮੇਰੇ ਨਾਲ ਕੰਮ ਕੀਤਾ। ਬਿਲਕੁਲ। ਮੈਂ ਉਹਨਾਂ ਨੂੰ ਲਈ ਗੀਤ ਲਿਖੇ। ਹਾਂਜੀ। ਚਾਹੇ ਉਹ ਅਮਰਿੰਦਰ ਗਿੱਲ ਮੇਰਾ ਛੋਟਾ ਭਰਾ, ਹਾਂਜੀ, ਉਹ ਸੀ, ਚਾਹੇ ਹੰਸਰਾਜ ਹੰਸ ਭਾਜੀ ਸੀਗੇ, ਉਹਨਾਂ ਨੇ ਮੇਰੇ ਨਾਲ ਜਿੰਨਾ ਚਿਰ ਵੀ ਸਾਡਾ ਰਿਸ਼ਤਾ ਰਿਹਾ ਤਾਂ ਬਹੁਤ ਭਰਾਵਾਂ ਵਾਂਗੂ ਰਿਹਾ। ਆਰਥਿਕਤਾ ਦੀ ਵੀ ਕੋਈ ਪ੍ਰੋਬਲਮ ਨਹੀਂ। ਉਹ ਗੱਲ ਅਸਲ 'ਚ ਮੈਂ ਆਪਣੇ ਲਈ ਨਹੀਂ ਸੀ ਲਿਖੀ ਜ਼ਾਤੀ ਤੌਰ 'ਤੇ, ਉਹ ਮੈਂ ਸਮੁੱਚੇ ਗੀਤਕਾਰਾਂ ਦੀ ਜਿਹੜੀ ਬਹੁ ਗਿਣਤੀ ਆ ਉਹਦੇ ਲਈ ਲਿਖੀ ਸੀ। ਬਿਲਕੁਲ। ਹੰਸ ਭਾਜੀ ਦੀ ਆਪਾਂ ਜੇ ਉਦਾਹਰਨ ਲਈਏ, ਹੰਸ ਭਾਜੀ ਮੈਨੂੰ ਬਹੁਤ ਪਿਆਰ ਕਰਦੇ ਨੇ। ਜਿੰਨਾ ਚਿਰ ਉਹ ਗਾਉਂਦੇ ਰਹੇ ਮੈਂ ਲਿਖਦਾ ਰਿਹਾ, ਸਾਡਾ ਇੱਕ ਰਿਸ਼ਤਾ ਰਿਹਾ। ਉਹ ਅੱਜ ਵੀ ਪਿੱਠ ਪਿੱਛੇ ਵੀ ਜੇ ਕਿਸੇ ਕੋਲ ਮੇਰੀ ਗੱਲ ਕਰਦੇ ਨੇ ਤਾਂ ਉਹ ਬਹੁਤ ਮੈਨੂੰ ਪਿਆਰ ਨਾਲ ਇੱਕ ਸਤਿਕਾਰ ਦਿੰਦੇ ਨੇ। ਹਾਂਜੀ। ਪਰ ਜੇ ਮੈਂ ਇਹ ਆਖਾਂ ਕਿ ਉਹਨਾਂ ਦੇ ਬੇਟੇ ਵੀ ਇਹ ਕਰਨ, ਇਹ ਮੇਰੀ ਬੇਵਕੂਫੀ ਆ। ਉਹਨਾਂ ਨੂੰ ਨਹੀਂ ਪਤਾ, ਨਾ ਮੈਨੂੰ ਉਹਨਾਂ ਨਾਲ ਕੋਈ ਮਤਲਬ ਆ, ਨਾ ਉਹਨਾਂ ਨਾਲ ਮੇਰਾ ਕੋਈ ਕੋਈ ਸਾਂਝ ਆ। ਹਾਂਜੀ। ਕੋਈ ਮਤਲਬ ਨਹੀਂ ਇਸ ਗੱਲ ਦਾ, ਕਿਉਂਕਿ ਮੈਂ ਇਸ ਗੱਲ ਦੀ ਉਮੀਦ ਵੈਸੇ ਆਪਾਂ ਕਦੇ ਕਦੇ ਰੱਖ ਵੀ ਲੈਂਦੇ ਹੁੰਦੇ ਹਾਂ ਕਿ ਯਾਰ ਉਹਨਾਂ ਨੂੰ ਥੋੜ੍ਹਾ ਜਿਹਾ ਹੋਣਾ ਚਾਹੀਦਾ, ਹੈ ਨਾ। ਬਿਲਕੁਲ। ਕਿ ਪਰ ਇਹ ਇੱਕ ਉਦਾਹਰਣ ਹੀ ਹੈ। ਹਾਂਜੀ। ਉੱਦਾਂ ਦੀ ਕੋਈ ਗੱਲ ਨਹੀਂ। ਉਹਨਾਂ ਦੇ ਬੇਟੇ ਨਵਰਾਜ, ਯੁਵਰਾਜ ਮੈਨੂੰ ਮਿਲਦੇ ਨੇ, ਬੜਾ ਸਤਿਕਾਰ ਕਰਦੇ ਨੇ ਮੇਰਾ। ਪਰ ਮੇਰਾ ਕਹਿਣ ਦਾ ਮਤਲਬ ਸੀ ਕਿ ਬਹੁਤ ਸਾਰੇ ਗੀਤਕਾਰਾਂ ਨਾਲ ਇੱਦਾਂ ਹੁੰਦਾ। ਹਾਂਜੀ। ਕਿਉਂਕਿ ਹਾਂ, ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਕਿ ਜਿਹੜਾ ਘਰ ਅਸੀਂ ਮਾਣ ਰਹੇ ਹਾਂ ਇਹਦੇ ਵਿੱਚ ਇਹ ਇੱਟਾਂ ਜਿਹੜੀਆਂ ਕਿਹਦੇ ਕਿਹਦੇ ਕਲਮ ਦਾ ਜਿਹੜਾ ਉਹ ਮੁੜਕਾ ਉਹਦੇ ਨਾਲ ਇਹ ਚਿਣੀਆਂ ਗਈਆਂ ਨੇ। ਮੈਨੂੰ ਜ਼ਾਤੀ ਤੌਰ 'ਤੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ, ਕਿਉਂਕਿ ਮੈਂ ਇਸ ਗੱਲ 'ਤੇ ਬੜਾ ਨਿਰਭਰ ਵੀ ਨਹੀਂ ਸੀਗਾ ਕਿ ਉਹ ਮੈਨੂੰ ਪੈਸੇ ਦੇਣ, ਹੈ ਨਾ। ਜੋ ਵੀ ਮੈਨੂੰ ਪੈਸੇ ਮਿਲੇ, ਜੋ ਵੀ ਮੈਨੂੰ ਇੱਜ਼ਤ ਮਿਲੀ, ਉਹ ਬਹੁਤ ਵੱਡੀ ਸੀ। ਜਿੰਨੇ ਪੈਸੇ ਲੈ ਕੇ ਮੈਂ ਉਸ ਟਾਈਮ ਗੀਤ ਲਿਖੇ ਜਾਂ ਜੋ ਮੈਂ ਇੱਜ਼ਤ ਕਮਾਈ, ਉਹ ਉਸ ਟਾਈਮ ਲਈ ਉਹ ਬਹੁਤ ਵੱਡੀ ਸੀ। ਮਤਲਬ ਪੈਸੇ ਉਸ ਟਾਈਮ ਉਹ ਬਹੁਤ ਵੱਡੇ ਸੀਗੇ। ਮੈਂ ਟੀ ਸੀਰੀਜ਼ ਕੰਪਨੀ ਨਾਲ ਕੰਮ ਕੀਤਾ, ਉਹਨਾਂ ਨੇ ਮੈਨੂੰ ਸਾਈਨ ਕੀਤਾ, ਜਾਂ ਮੈਂ ਪ੍ਰੀਆ ਆਡੀਓ ਨਾਲ ਕੀਤਾ, ਰਾਣੀ ਰਣਦੀਪ ਨੂੰ ਪੇਸ਼ ਕੀਤਾ,
ਜਾਂ ਹੋਰ ਵੀ ਜੋ ਵੀ ਸਿੰਗਰ ਮੇਰੇ ਗੀਤ ਗਾ ਕੇ ਜਿਨ੍ਹਾਂ ਦੀ ਪਛਾਣ ਬਣੀ, ਮੇਰੇ ਬਹੁਤ ਚੰਗੇ ਸੰਬੰਧ ਨੇ। ਅੱਜ ਵੀ ਮੈਨੂੰ ਕੋਈ ਕੰਮ ਹੋਵੇ, ਮੈਂ ਅਮਰਿੰਦਰ ਨੂੰ ਮੈਸੇਜ ਕਰ ਦਿੰਦਾ ਜਾਂ ਉਹਨੂੰ ਕਹਿ ਦਿੰਦਾ ਕਿ ਆਹ ਯਾਰ ਕੰਮ ਆ ਜਿਹੜਾ, ਤਾਂ ਉਹ ਮੈਨੂੰ ਨਾਂਹ ਨਹੀਂ ਕਰਦੇ। ਮੇਰੇ ਬਹੁਤ ਚੰਗੇ ਸੰਬੰਧ ਨੇ। ਮੈਂ ਇਸ ਕਿਸਮ ਦੀ ਕਿਸੇ ਵੀ ਗੱਲ ਨੂੰ ਲੈ ਕੇ ਕਿਸੇ ਬੰਦੇ ਕੋਲ ਗਿਆ ਹੀ ਨਹੀਂ ਕਦੇ ਕਿ ਮੈਂ ਇਹਨੂੰ ਗੀਤ ਦੇਊਂਗਾ ਫਿਰ ਇਹ ਮੈਨੂੰ ਪੈਸੇ ਦੇਊਗਾ। ਹੁਣ ਗੀਤਕਾਰ ਦੀ ਆਰਥਿਕਤਾ ਅਤੇ ਗਾਇਕ ਦੀ ਆਰਥਿਕਤਾ 'ਚ ਫਰਕ ਹੀ ਰਹੂ। ਬਿਲਕੁਲ, ਗੀਤਕਾਰ ਕੋਲ ਗਾਇਕ ਜਿੰਨੇ ਪੈਸੇ ਨਹੀਂ ਆ ਸਕਦੇ, ਹੈ ਨਾ, ਇਹ ਇੱਕ ਤੱਤ ਆ, ਇਹਦੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਅਤੇ ਪਰ ਮੈਂ ਇਸ ਗੱਲ ਤੋਂ ਬਹੁਤ ਮੈਨੂੰ ਦੁੱਖ ਹੁੰਦਾ ਕਿ ਜਿਹੜੇ ਸਾਡੇ ਗੀਤਕਾਰਾਂ ਨੂੰ ਨਹੀਂ ਮਿਲਿਆ ਉਹਨਾਂ ਦਾ ਜਿਹੜਾ ਹੱਕ ਆ, ਤਾਂ ਉਹ ਗਾਇਕਾਂ ਨੂੰ ਚਾਹੀਦਾ ਕਿ ਉਹ ਗੀਤਕਾਰਾਂ ਨੂੰ ਯਾਰ ਇੱਦਾਂ ਨਾ ਰੋਲਣ ਦੇਣ, ਔਰ ਸਾਡੇ ਲੋਕਾਂ ਨੂੰ ਵੀ ਚਾਹੀਦਾ। ਬਿਲਕੁਲ, ਇਹਦੇ 'ਚ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਲੋਕਾਂ ਨੂੰ ਇਹ ਪਤਾ ਹੀ ਨਹੀਂ ਗੀਤ ਕਿਸੇ ਦਾ ਲਿਖਿਆ। ਮੈਂ ਇੱਕ ਗੀਤ ਸ਼ੇਅਰ ਕਰਦਾ, ਉਹਦੇ ਹੇਠਾਂ 50 ਕਮੈਂਟ ਆਉਂਦੇ ਆ, ਜਾਂ 150 ਕਮੈਂਟ ਆਉਂਦਾ, ਜਾਂ 200 ਵੀ ਆ ਜਾਂਦੇ ਆ ਕਿ ਬਹੁਤ ਕਮਾਲ ਦਾ ਗੀਤ ਆ, ਉਹਦੇ 'ਚ 50 ਕਮੈਂਟ ਇਹ ਵੀ ਹੋਣਗੇ ਸਾਨੂੰ ਅੱਜ ਪਤਾ ਲੱਗਿਆ ਜੀ ਤੁਹਾਡਾ ਗੀਤ। ਬਿਲਕੁਲ, ਵੀ ਭਲਿਓ ਮਾਨਸੋ, ਜਿੱਦਾਂ ਤੁਸੀਂ ਉਹ ਸੁਣਿਆ ਸੀ ਉਦੋਂ ਤੁਸੀਂ ਇਹ ਕਿਉਂ ਨਹੀਂ ਸੋਚਿਆ ਕਿ ਕਿਸੇ ਨੇ ਤਾਂ ਲਿਖਿਆ ਹੀ ਹੋਊਗਾ। ਹਾਂਜੀ ਹਾਂਜੀ, ਸਹੀ ਗੱਲ। ਸਿੱਲੀ ਸਿੱਲੀ ਹਵਾ ਬਾਰੇ ਵੀ ਲੋਕ ਲਿਖ ਦਿੰਦੇ ਆ ਲਈ ਸਾਨੂੰ ਅੱਜ ਪਤਾ ਲੱਗਿਆ ਜੀ ਤੁਹਾਡਾ। ਅੱਛਾ, ਮੈਂ ਇੱਕ ਦਿਨ ਵੀ ਹੱਸਣ ਲੱਗ ਗਿਆ, ਮੈਂ ਕਿਹਾ ਵੀ ਤੁਸੀਂ ਕੀ ਸੋਚਿਆ ਵੀ ਕਿਹਦਾ ਹੋਊ। ਹਾਂਜੀ, ਨਹੀਂ ਜੀ ਪਰ ਸੋਚਿਆ ਹੀ ਨਹੀਂ ਇਹ ਤਾਂ, ਮੈਂ ਕਿਉਂ ਨਹੀਂ ਸੋਚਿਆ ਯਾਰ। ਬਿਲਕੁਲ, ਕਿਹੜੇ ਪਿੰਡ ਦੀ ਤੂੰ ਨਹੀਂ ਮੈਂ ਪਰਸੋਂ ਸ਼ੇਅਰ ਕੀਤਾ। ਹਾਂਜੀ, ਅੱਗੇ ਅਸੀਂ ਸਾਨੂੰ ਅੱਜ ਪਤਾ ਲੱਗਿਆ ਜੀ ਤੁਹਾਡਾ, ਮਤਲਬ ਇਹ ਲੋਕਾਂ ਦੀ ਜਿਹੜੀ ਦਾ ਜਿਹੜਾ ਮਤਲਬ ਇਹ ਲੋਕ ਜਾਗਰੂਕ ਨਹੀਂ ਗੇ। ਉਹ ਫਿਲਮ ਦੇਖਦੇ ਆ ਤਾਂ ਆਖਣਗੇ ਗਿੱਪੀ ਗਰੇਵਾਲ ਦੀ ਫਿਲਮ ਆਈ ਆ, ਦਲਜੀਤ ਦੀ ਫਿਲਮ ਆਈ ਆ, ਸ਼ਾਹਰੁਖ ਦੀ ਫਿਲਮ ਆਈ, ਉਹ ਡਾਇਰੈਕਟਰ ਨੂੰ ਜਾਣਦੇ ਹੀ ਨਹੀਂ। ਬਿਲਕੁਲ, ਉਵੇਂ ਜਿਵੇਂ ਉਹ ਗੀਤ ਦੀ ਗੱਲ ਕਰਨਗੇ ਉਹ ਆਖਣਗੇ ਹੰਸ ਦਾ ਗੀਤ ਆ, ਸਰਦੂਲ ਦਾ ਗੀਤ ਆ, ਹੈ ਨਾ, ਅਮਰਿੰਦਰ ਗਿੱਲ ਦਾ ਗੀਤ ਆ, ਉਹ ਇਹ ਜਾਣਦੇ ਹੀ ਨਹੀਂ ਯਾਰ ਇਹਦਾ ਮਿਊਜ਼ਿਕ ਕਿਹਨੇ ਬਣਾਇਆ। ਕੋਸ਼ਿਸ਼ ਕਰੋ ਨਾ ਯਾਰ। ਸਹੀ ਗੱਲ, ਹੁਣ ਇਹੀ ਕਾਰਨ ਆ ਮਤਲਬ ਇਹ ਸਾਡੇ ਦੇਸ਼ 'ਚ ਤਾਂ ਮਤਲਬ ਨੰਦ ਲਾਲ ਨੂਰਪੁਰੀ ਵਰਗੇ ਵਿਚਾਰੇ ਜਿਹੜੇ ਆ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਹਸ਼ਰ ਹੋਇਆ ਸੀ। ਇਹ ਲੋਕ ਜ਼ਿੰਮੇਵਾਰ ਨੇ ਇਸ ਗੱਲ ਲਈ, ਅਤੇ ਲੇਖਕ ਵੀ ਜ਼ਿੰਮੇਵਾਰ ਨੇ, ਆਪਣੀ ਇੱਜ਼ਤ ਕਰਵਾਈ ਦੀ ਹੁੰਦੀ ਹੈ। ਬਿਲਕੁਲ, ਆਪਣੇ ਆਪ ਨੂੰ ਇਹ ਨਹੀਂ ਕਰੀਦਾ ਹੁੰਦਾ ਕਿ ਬਾਈ ਜੀ ਮੇਰਾ ਗੀਤ ਗਾ ਦਿਓ ਜੀ। ਮੈਂ ਇਹੋ ਜਿਹੇ ਦੇਖਿਆ ਵੀ ਉਹ ਗੀਤਕਾਰ ਗਾਇਕਾਂ ਦੇ ਜਵਾਕਾਂ ਨੂੰ ਸਕੂਲ ਛੱਡਣ ਜਾ ਵੜਦੇ ਆ, ਉਹਨਾਂ ਦੀਆਂ ਗੱਡੀਆਂ ਧੋਂਦੇ ਆ, ਉਹ ਜਦੋਂ ਗੀਤ ਰਿਕਾਰਡ ਕਰਾਉਂਦੇ ਆ ਫਿਰ ਉਹ ਗੀਤ ਹਿੱਟ ਹੋ ਜਾਂਦਾ, ਫਿਰ ਆਖਦੇ ਹੁਣ ਇਹ ਪੈਸੇ ਨਹੀਂ ਦਿੰਦਾ। ਬਿਲਕੁਲ, ਤੁਸੀਂ ਪਹਿਲਾਂ ਹੀ ਉਹਦੇ ਸਾਹਮਣੇ ਆਪਦੀ ਪਛਾਣ ਤਾਂ ਐਂ ਬਣਾ ਲਈ ਵੀ ਜਿਵੇਂ ਤੁਸੀਂ ਕੋਈ ਮੰਗਤੇ ਹੋਣੇ, ਹੁਣ ਉਹ ਫਿਰ ਤੁਹਾਨੂੰ ਉਵੇਂ ਹੀ ਸਮਝਦਾ। ਬਿਲਕੁਲ, ਪੁਰਾਣੇ ਗੀਤਕਾਰਾਂ ਨੂੰ ਕੀ ਕਰਦੇ ਹੁੰਦੇ ਸੀਗੇ, ਇਹਨੂੰ ਪਊਆ ਦੇ ਕੇ ਕੋਠੇ 'ਤੇ ਚੜਾ ਦਿਓ, ਚੁਬਾਰੇ 'ਚ ਗੀਤ ਲਿਖਾ ਲਓ, ਉਹ ਲਿਖ ਵੀ ਦਿੰਦੇ ਹੁੰਦੇ ਸੀ, ਹੈ ਨਾ। ਮਤਲਬ ਤੁਹਾਡੇ ਆਪਣੇ ਹੱਥ 'ਚ ਆ ਨਾ। ਬਿਲਕੁਲ, ਕਿ ਤੁਸੀਂ ਆਪਣੀ ਪਛਾਣ, ਆਪਣੀ ਜੋ ਤੁਹਾਡੀ ਇੱਕ ਗੱਲ ਆ ਉਹਨੂੰ ਤੁਸੀਂ ਬਣਾ ਕੇ ਰੱਖੋ ਪੈਰਾਂ 'ਚ, ਨਹੀਂ ਨਾ। ਗੀਤਕਾਰਾਂ ਨੂੰ ਥੋੜ੍ਹੀ ਗਾਇਕਾਂ ਦੀ ਲੋੜ ਆ। ਬਿਲਕੁਲ, ਗਾਇਕਾਂ ਨੂੰ ਲੋੜ ਆ ਗੀਤਾਂ ਦੀ, ਇਹ ਸਮਝ ਹੀ ਨਹੀਂ ਰਹੇ। ਬਿਲਕੁਲ, ਮੈਨੂੰ ਹਜ਼ਾਰਾਂ ਮੁੰਡਿਆਂ ਦੇ, ਤੁਹਾਡੀ ਗੱਲ ਇੱਕ ਮਿੰਟ ਹੋਰ ਗੱਲ ਕਰਨਾ ਚਾਹੂੰਗਾ, ਮੈਸੇਜ ਆਉਂਦੇ ਆ ਬਾਈ ਜੀ ਗੀਤ ਰਿਕਾਰਡ ਕਰਾਉਣਾ ਸੀ, ਫਲਾਨੇ ਇੰਨੇ ਪੈਸੇ ਮੰਗਦੇ ਆ। ਹਾਂਜੀ, ਯਾਰ ਇਹ ਕੀ ਗੱਲ ਹੋਈ, ਪੈਸੇ ਮੰਗਦੇ ਆ, ਤੁਸੀਂ ਮੰਗੋ ਪੈਸੇ। ਬਿਲਕੁਲ, ਹੁਣ ਤੁਸੀਂ ਉਹਨਾਂ ਦੇ ਕਾਪੀ ਲੈ ਕੇ ਵੀ ਜਾਂਦੇ ਹੋ, ਫਿਰ ਤੁਸੀਂ ਉਹਨੂੰ ਪੈਸੇ ਦਿੰਦੇ ਹੋ, ਬਾਅਦ 'ਚ ਤੁਸੀਂ ਕਹਿੰਦੇ ਉਹਦਾ ਹਿੱਟ ਹੋ ਗਿਆ ਗੀਤ, ਮੈਨੂੰ ਕੁਛ ਦਿੱਤਾ ਨਹੀਂ, ਪੈਸੇ ਤਾਂ ਤੁਸੀਂ ਪਹਿਲਾਂ ਆਪ ਦੇਈ ਜਾਂਦੇ। ਹਾਂਜੀ,
ਉਹ ਆ ਜੇ ਤੁਸੀਂ ਗੀਤਕਾਰ ਉਹਨਾਂ ਨੂੰ ਗੀਤ ਨਾ ਦੇਣਗੇ ਉਹ ਕੀ ਕਰਨਗੇ, ਅਖਬਾਰ ਪੜ੍ਹ ਕੇ ਗਾਉਣ? ਬਿਲਕੁਲ, ਸਾਨੂੰ ਆਪ ਖੁਦ ਹੀ ਨਹੀਂ ਆਪਣੀ ਮਿਹਨਤ, ਆਪਦਾ ਪਤਾ ਹੀ ਨਹੀਂ, ਆਪਦੀ ਆਪਦੀ ਪਛਾਣ ਹੀ ਨਹੀਂ ਪਤਾ, ਆਪਦੀ ਅਹਿਮੀਅਤ ਹੀ ਨਹੀਂ ਪਤਾ। ਹਾਂਜੀ, ਫਿਰ ਇਹ ਜਿਹੜੇ ਸ਼ਿਕਵੇ ਨਾਰਾਜ਼, ਹਾਂ ਇਹਨਾਂ ਦਾ ਕੋਈ ਮਤਲਬ ਨਹੀਂ। ਫਿਰ ਆਪਾਂ ਗੱਲ ਕਰਦੇ ਹਾਂ ਬਾਅਦ 'ਚ, ਮੈਂ ਤੁਹਾਡੀ ਫਿਲਮ ਦੀ ਗੱਲ ਕਰਾਂਗੀ, ਪਰ ਇਸ ਟਾਈਮ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਦੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ, ਪੰਜਾਬ ਦੀ ਜਿਹੜੀ ਯੂਥ ਆ, ਨੌਜਵਾਨੀ ਆ, ਉਹ ਮੈਨੂੰ ਲੱਗਦਾ ਹੁੰਦਾ ਕਿ ਤਿੰਨ ਤਰ੍ਹਾਂ ਦੀ ਹੋ ਗਈ ਹੈ। ਪਹਿਲੀ ਹੈ ਜਿਹੜੀ ਆਇਲਟਸ ਕਰਕੇ ਬਾਹਰ ਜਾ ਰਹੀ ਹੈ, ਦੂਸਰੀ ਹੈ ਜਿਹੜੀ ਨਸ਼ਿਆਂ 'ਚ ਡੁੱਬ ਗਈ ਹੈ, ਚਾਹੇ ਉਹ ਅਮੀਰ ਘਰਾਣਿਆਂ ਦੇ ਬੱਚੇ ਆ ਜਾਂ ਫਿਰ ਗਰੀਬ, ਆਪਾਂ ਉਸ ਤਬਕੇ ਨੂੰ ਕਿਸੇ ਚੀਜ਼ 'ਚ ਬਣ ਨਹੀਂ ਸਕਦੇ। ਤੀਸਰੀ ਮੈਨੂੰ ਲੱਗਦਾ ਹੁੰਦਾ ਕਿ ਉਹ ਨੌਜਵਾਨੀ ਹੈ ਜਿਹੜੀ ਗੈਂਗਸਟਰ ਕਲਚਰ ਨੂੰ ਫੋਲੋ ਕਰ ਰਹੀ ਹੈ ਇਸ ਟਾਈਮ। ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਮੈਂ ਇਹ ਇਸ ਦਾ ਸਾਰਿਆਂ ਦਾ ਇੱਕੋ ਹੀ ਆ ਮੂਲ ਕਾਰਨ। ਹਾਂਜੀ, ਮੂਲ ਕਾਰਨ ਇਹ ਹੈ ਕਿ ਰਾਜਨੀਤਿਕ ਚੇਤਨਾ ਹੈ ਨਹੀਂ ਗੀ ਸਾਡੇ, ਕੋਈ ਲਹਿਰ ਨਹੀਂ। ਹਾਂਜੀ, ਜਦੋਂ ਕੋਈ ਲਹਿਰ ਨਹੀਂ ਹੁੰਦੀ ਉਦੋਂ ਲੋਕ ਇਹੋ ਜਿਹੇ ਕੰਮ ਹੀ ਕਰਦੇ ਹੁੰਦੇ ਆ। ਹਾਂਜੀ, ਕਿਸੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਦੇਖ ਲਓ, ਜਦੋਂ ਕੋਈ ਰਾਜਨੀਤਿਕ ਲਹਿਰ ਨਹੀਂ ਚੱਲ ਰਹੀ ਹੁੰਦੀ ਤਾਂ ਲੋਕ ਐਂ ਹੀ ਕਰਦੇ ਨੇ। ਬਿਲਕੁਲ, ਹੈ ਨਾ। ਜਦੋਂ ਅਸੀਂ ਹੁੰਦੇ ਸੀਗੇ ਇਸ ਏਜ ਦੇ ਵਿੱਚ, 20-22 ਸਾਲ ਦੀ, 18 ਸਾਲ ਦੀ, 17 ਸਾਲ ਦੀ, ਤਾਂ PSU ਹੁੰਦੀ ਸੀ। 15 ਸਾਲਾਂ ਦਾ ਹੁੰਦਾ ਸੀ ਜਦੋਂ ਮੈਂ, PSU ਹੁੰਦੀ ਸੀ, ਨਕਸਲਾਈਟ ਮੂਵਮੈਂਟ ਹੁੰਦੀ ਸੀ। ਸਾਰੇ ਪੰਜਾਬ ਦੇ ਜਿਹੜੇ ਸਟੂਡੈਂਟ ਸੀ ਉਹ ਇਸ ਗੱਲ ਬਾਰੇ ਚੇਤਨ ਹੁੰਦੇ ਸੀਗੇ ਕਿ ਉਹਨਾਂ ਦੀ ਇੱਕ ਰਾਜਨੀਤਿਕ ਚੇਤਨਾ ਹੁੰਦੀ ਸੀ। ਹਾਂਜੀ, ਬਾਅਦ ਦੇ ਵਿੱਚ ਜਦੋਂ ਅਸੀਂ ਬਾਅਦ ਵਾਲਾ ਟਾਈਮ ਹੋਇਆ, ਜਿਹੜੀਆਂ ਉਹ ਦੂਸਰੀਆਂ ਕਮਿਊਨਿਸਟ ਵਿਦਿਆਰਥੀ ਜਥੇਬੰਦੀਆਂ, ਉਹਨਾਂ ਦੀ ਇੱਕ ਲਹਿਰ ਸੀ। ਫਿਰ ਬਾਅਦ ਦੇ ਵਿੱਚ ਜਦੋਂ 84 ਵਾਲਾ ਟਾਈਮ ਆਇਆ ਤਾਂ ਖਾੜਕੂ ਜਥੇਬੰਦੀਆਂ ਦੀ ਇੱਕ ਆਪਣੀ ਲਹਿਰ ਸੀ। ਹਾਂਜੀ, ਉਹ ਤੁਹਾਨੂੰ ਚੇਤਨ ਰੱਖਦੀ ਸੀ ਕਿ ਕੁਛ ਹੋ ਰਿਹਾ। ਬਿਲਕੁਲ, ਤੁਸੀਂ ਉਹਦੇ ਹੱਕ 'ਚ ਹੋ ਜਾਂ ਨਾ ਹੋ ਇਹ ਅੱਡ ਗੱਲ। ਬਿਲਕੁਲ, ਪਰ ਤੁਸੀਂ ਉਹੀ ਨਹੀਂ, ਮਤਲਬ ਨਠੱਲੇ ਜਿਹਨੂੰ ਕਹਿੰਦੇ ਹੁੰਦੇ ਉਹ ਨਹੀਂ ਰਹਿ ਸਕਦੇ, ਤੁਹਾਨੂੰ ਚੇਤਨ ਰਹਿਣਾ ਪਊਗਾ। ਜਾਣਨ ਦੀ ਇੱਛਾ ਰਹਿੰਦੀ, ਹਾਂ ਜਾਣਨ ਦੀ। ਸਾਡੇ ਵੇਲੇ ਹੁਣ ਅਸੀਂ ਜਦੋਂ ਅਸੀਂ ਗਾਇਕੀ ਦੀ ਗੱਲ ਕਰਦੇ ਸੀ ਜਾਂ ਅਸੀਂ ਮੈਗਜ਼ੀਨ ਜਾਂ ਅਖਬਾਰ ਜਾਂ ਰਸਾਲੇ ਪੜ੍ਹਦੇ ਸੀ, ਸਾਨੂੰ ਸਭ ਕੁਛ ਪਤਾ ਹੁੰਦਾ ਸੀ। ਬਿਲਕੁਲ, ਹੈ ਨਾ। ਹੁਣ ਜਦੋਂ ਸਾਰੀਆਂ ਚੀਜ਼ਾਂ ਨੂੰ ਇੱਕਦਮ ਜਿਹੜੀ ਆਹ ਇੰਟਰਨੈੱਟ ਦੀ ਸੋ ਕਾਲਡ ਕ੍ਰਾਂਤੀ ਹੈ, ਇਹਨੇ ਤੈਸ਼ ਨੈਸ਼ ਕਰਤਾ ਤੁਹਾਨੂੰ ਹਰ ਚੀਜ਼ ਨਾਲੋਂ ਤੋੜਤਾ, ਕਿਉਂਕਿ ਚਾਹੁੰਦੀਆਂ ਸਟੇਟ ਚਾਹੁੰਦੀ ਇਹ ਕਿ ਤੁਸੀਂ ਕਿਤਾਬਾਂ ਨਾ ਪੜ੍ਹੋ, ਸਟੇਟ ਚਾਹੁੰਦੀ ਇਹ ਹੈ ਕਿ ਤੁਸੀਂ ਨੈੱਟ 'ਤੇ ਬੈਠੋ। ਬਿਲਕੁਲ, ਔਰ ਨੈੱਟ ਵੀ ਤੁਹਾਨੂੰ ਬੜਾ ਤੇਜ਼ ਚੱਲਦਾ ਵਾ ਦੇਵਾਂ, ਔਰ ਤੁਹਾਨੂੰ ਹਰ ਕਿਸੇ ਨੂੰ, ਜੇ ਤੁਸੀਂ 8 ਜੀ ਹੋ ਤਾਂ 8 ਹੀ ਤੁਹਾਨੂੰ ਫੋਨ ਦੇਵਾਂ। ਬਿਲਕੁਲ ਬਿਲਕੁਲ, ਉਹ ਤੁਹਾਨੂੰ ਜਿੰਨੇ ਤੁਹਾਡੇ ਕੋਲ ਪੈਸੇ ਆ ਉਨੇ ਪੈਸਿਆਂ 'ਚ ਹੀ ਦੇ ਦੇਵਾਂਗੇ। ਹਾਂਜੀ, ਚੱਕਰ ਹੀ ਨਹੀਂ ਕੋਈ, ਹੈ ਨਾ। ਆਪਣੇ ਆਪਣੇ ਕਮਰੇ 'ਚ ਬੈਠੋ ਫਿਰ। ਬਿਲਕੁਲ, ਹੈ ਨਾ। ਅੱਗੇ ਅਸੀਂ ਸਾਰੇ ਇਕੱਠੇ ਬਹਿੰਦੇ ਸੀ ਜੇ ਕੋਈ ਆਇਆ ਹੁੰਦਾ ਇਕੱਠੇ, ਹੁਣ ਬੇਟਾ ਕਿਸੇ ਕਮਰੇ 'ਚ ਹੋਊਗਾ, ਬੇਟੀ ਕਿਸੇ ਕਮਰੇ 'ਚ ਹੋਊਗੀ। ਬਿਲਕੁਲ, ਬਜ਼ੁਰਗ ਕਿਸੇ ਕਮਰੇ 'ਚ ਬੈਠੇ ਹੋਣਗੇ, ਪਤੀ ਪਤਨੀ ਵੀ ਜਦੋਂ ਮਤਲਬ ਬਹੁਤ ਘੱਟ ਮਿਲਦੇ, ਕਿਉਂਕਿ ਸਾਡੇ ਆਪ ਜੇ ਅਸੀਂ ਇਕੱਠੇ ਵੀ ਬੈਠੇ ਹਾਂ ਚਾਰ, ਤਾਂ ਅਸੀਂ ਚਾਰੇ ਹੀ ਫੋਨ 'ਤੇ ਲੱਗੇ ਪਏ। ਬਿਲਕੁਲ, ਔਰ ਜੋ ਚੀਜ਼ਾਂ ਅਸੀਂ ਦੇਖ ਰਹੇ ਹਾਂ ਉਹ ਸਰਕਾਰੀ ਤੰਤਰ ਦੇ ਅੰਦਰ, ਜੋ ਸਾਨੂੰ ਦਿਖਾਉਣਾ ਚਾਹੁੰਦਾ ਉਹ ਦਿਖਾਉਣਾ ਚਾਹੁੰਦਾ ਉਹਨੇ ਪਹਿਲਾਂ ਤੁਹਾਨੂੰ, ਮਤਲਬ ਇਹ ਉੱਦਾਂ ਦੀ ਗੱਲ ਹੀ ਆ ਜਿੱਦਾਂ ਆਪਾਂ ਲੰਗਰ ਦੇ ਵਿੱਚ ਪਹਿਲਾਂ ਬਰਤਨ ਵਰਤਾਉਂਦੇ ਹਾਂ। ਬਿਲਕੁਲ, ਫਿਰ ਅਸੀਂ ਉਹ ਪਾਉਂਦੇ ਹਾਂ ਕਿ ਹੁਣ ਤੁਸੀਂ ਇਹ ਖਾਓ। ਹੁਣ ਇਹ ਸਰਕਾਰੀ ਹੈ ਜਿਹੜਾ ਤੰਤਰ, ਸਟੇਟ ਆ ਜਿਹੜੀ, ਉਹਨੇ ਪਹਿਲਾਂ ਤੁਹਾਨੂੰ ਫੋਨ ਦਿੱਤੇ। ਬਿਲਕੁਲ, ਫਿਰ ਉਹ ਕਹਿੰਦੇ ਵੀ ਇਸ ਫੋਨ ਦੇ ਰਾਹੀਂ ਖੁਰਾਕ ਤੁਹਾਨੂੰ ਅਸੀਂ ਦੇਵਾਂਗੇ, ਹੈ ਨਾ।
ਉਹ ਵਲਗਰ ਵੈਬ ਸੀਰੀਜ਼ ਹੋਣ, ਬਿਲਕੁਲ, ਉਹ ਗਾਣੇ ਹੋਣ, ਉਹ ਟਿਕਟੋਕ ਦੇ ਨਾਂ 'ਤੇ ਮਤਲਬ ਜਿਹੜੀਆਂ ਹੈਗੀਆਂ ਵਾਹਿਆਤ ਹਰਕਤਾਂ ਹੋਣ, ਬਿਲਕੁਲ, ਜਾਂ ਕਿਸੇ ਵੀ ਕਿਸਮ ਦੀ ਉਹ ਚੀਜ਼ ਹੋਵੇ ਜਿਹੜੀ ਤੁਹਾਡੀ ਮਾਨਸਿਕਤਾ ਨੂੰ ਸਟੇਬਲ ਹੋਣ ਹੀ ਨਹੀਂ ਦਿੰਦੀ, ਹਾਂਜੀ, ਤੁਹਾਨੂੰ ਸੋਚਣ ਹੀ ਨਹੀਂ ਦਿੰਦੀ, ਉਹ ਤੁਹਾਨੂੰ ਦੇ ਦਿੰਦੀ ਹੈ। ਰਾਤ ਨੂੰ ਤੁਸੀਂ ਸੌਣ ਵੇਲੇ ਤੱਕ ਉਹਦੀ ਬੈਟਰੀ ਮੁਕਾ ਲੈਂਦੇ ਹੋ, ਫਿਰ ਉਹਨੂੰ ਚਾਰਜ 'ਤੇ ਲਾ ਕੇ ਪੈ ਜਾਂਦੇ ਹੋ, ਤੜਕੇ ਉੱਠਦੇ ਸਭ ਤੋਂ ਪਹਿਲਾਂ ਤੁਸੀਂ ਉਹੀ ਚੱਕਦੇ ਹੋ। ਹੁਣ ਦੂਸਰੀ ਗੱਲ ਜਦੋਂ ਇੰਡਸਟਰੀ ਲਿਸਟ ਆ ਜਿਹੜੇ ਉਹਨਾਂ ਦੇ ਹੱਥ ਤੁਸੀਂ ਸਾਰਾ ਦੇਸ਼ ਵੇਚਤਾ ਸਰਕਾਰ ਨੇ, ਹੈ ਨਾ, ਉਦਾਸੀ ਸਾਹਿਬ ਦਾ ਗੀਤ ਆ, ਅਸੀਂ ਤੋੜੀਆਂ ਗੁਲਾਮੀ ਦੀਆਂ ਬੇੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ, ਕਹਿਣੇ ਸਾਡਾ ਦੇਸ਼ ਨਾ ਧਰੇ ਪਰ ਧਰਤਾ ਗਾ। ਹੁਣ ਉਹ ਕਹਿੰਦੇ ਜੀ ਅਸੀਂ ਇੱਥੇ ਮਾਲ ਬਣਾਉਣਾ, ਇੱਥੇ ਅਸੀਂ ਯੂਨੀਵਰਸਿਟੀ ਬਣਾਉਣੀ ਹੈ ਟੈਕਨੀਕਲ, ਇੱਥੇ ਅਸੀਂ ਫਲਾਨਾ ਬਣਾਉਣਾ, ਉਹ ਸਾਰੇ ਇੰਡਸਟਰੀਲਿਸਟ ਨੇ, ਬਿਲਕੁਲ, ਉਹਨਾਂ ਨੇ ਸਾਡੀਆਂ ਜ਼ਮੀਨਾਂ ਖਰੀਦ ਲਈਆਂ, ਸਾਡੀ ਜ਼ਮੀਨ, ਸਾਡੇ ਛੋਟੇ ਕਿਸਾਨ ਦੀ ਜ਼ਮੀਨ ਜਿਹੜੀ 10 ਲੱਖ ਦਾ ਕਿੱਲਾ ਨਹੀਂ ਸੀ, ਉਹ 2 ਕਰੋੜ ਦਾ ਕਿੱਲਾ ਹੋ ਗਿਆ। ਹੁਣ 2 ਕਰੋੜ ਦਾ ਜਿਹੜਾ ਕਿੱਲਾ, ਉਹ ਜਿਹੜਾ ਪਿਓ ਆ ਉਹਦਾ ਮੌਲਿਆਂ ਦੇ ਪੁੜੇ ਕੁੜਦਾ ਮਰ ਗਿਆ, ਬਿਲਕੁਲ, ਤੇ ਮੁੰਡੇ ਨੂੰ ਆ ਗਿਆ 2 ਕਰੋੜ ਦਾ 1 ਕਿੱਲਾ, ਤੇ 3 ਕਿੱਲਿਆਂ ਦਾ 6 ਕਰੋੜ ਹੋ ਗਿਆ। ਉਹ ਹੁਣ ਗੱਡੀ ਵੀ ਲੈ ਕੇ ਆਊਗਾ, ਉਹ ਬ੍ਰਾਂਡਡ ਕੱਪੜੇ ਲੈਣ ਖਾਤਰ, ਉਹ ਬੁਲਾਡੇ ਦੇ ਕਿਸੇ ਪਿੰਡ ਤੋਂ ਤੁਰ ਕੇ ਉਹ ਜਿਹੜੀ ਆ ਇੱਥੇ ਅਲਾਂਤੇ ਮਾਲ ਆਊਗਾ, ਉਹ ਫਿਰ ਨਸ਼ੇ ਵੀ ਕਰੂਗਾ। ਦੂਸਰੀ ਜਿਹੜੀ ਜਨਤਾ, ਦੂਜੀ ਉਹ ਆ ਜਿਹੜੇ ਬਾਹਰ ਜਾਣ ਵਾਲੇ ਹਨ, ਉਹਨਾਂ ਨੇ, ਉਹਨਾਂ 'ਚ ਬਹੁਤ ਘੱਟ ਨੇ ਜਿਹੜੇ ਸਟੱਡੀ ਕਰਨ ਜਾਂਦੇ, ਬਿਲਕੁਲ, ਕਿਉਂਕਿ ਤੁਹਾਡਾ ਹਰ ਚੀਜ਼ ਦੀ ਪ੍ਰਾਪਤੀ ਦਾ ਆਧਾਰ ਹੀ ਆਰਥਿਕ, ਕਿ ਤੁਹਾਨੂੰ ਆਰਥਿਕਤਾ ਦੀ ਇੱਕ ਐਸੇ ਪੈਸੇ ਚਾਹੀਦੇ ਨੇ ਜਿਹਦੇ ਨਾਲ ਤੁਸੀਂ ਐਸ਼ ਕਰ ਸਕੋ। ਸਾਰੀ ਪ੍ਰੋਬਲਮ, ਸਾਰੀ ਸਮੱਸਿਆ ਇਸ ਇੱਕ ਤੱਥ 'ਤੇ ਖੜੀ ਹੈ ਕਿ ਇਹ ਕੀ ਪ੍ਰਾਪਤੀ ਹੋਈ ਦੱਸੋ ਤੁਸੀਂ ਮੈਨੂੰ, ਕਿ ਜੀ ਮੇਰੇ ਕੋਲ ਕਰੋੜਾਂ ਰੁਪਈਏ ਹੋਣ, ਫਿਰ ਮੇਰੇ ਕੋਲ ਘਰ ਹੋਵੇ, ਵੱਡੀਆਂ ਗੱਡੀਆਂ ਹੋਣ, ਮੇਰੇ ਜਵਾਕ ਆਏ ਆਏ ਡਾਕਟਰ 'ਤੇ ਆ, ਇਹ ਕੀ ਪ੍ਰਾਪਤੀ ਹੈ ਵੈਸੇ ਜੇ ਦੇਖਿਆ ਜਾਵੇ। ਹਾਂਜੀ, ਪਰ ਉਹਦੇ ਲਈ ਤੁਸੀਂ ਮਤਲਬ ਗੁਰੂ ਦਾ ਨਾਂ, ਧਰਮ ਦਾ ਨਾਂ, ਬਿਲਕੁਲ, ਅੱਜ ਬਾਬਾ ਜੀ ਦੀ ਮਿਹਰ ਨਾਲ ਆ ਗੱਡੀ ਲੈ ਲਈ, ਉਹਦੀ ਚਾਬੀ ਫੜ ਕੇ ਤੁਸੀਂ ਫੋਟੋ ਖਿਚਾ ਰਹੇ ਹੋ, ਕੀ ਪ੍ਰਾਪਤੀ ਹੈ ਰਹੇ, ਤੁਸੀਂ ਐਜ਼ ਏ ਮੈਨ ਕੀ ਹੋ, ਮਨੁੱਖ ਦੇ ਤੌਰ 'ਤੇ ਤੁਸੀਂ ਕੀ ਹੋ, ਤੁਹਾਡੀ ਆਪਣੇ ਆਪ 'ਚ ਕੋਈ ਪ੍ਰਾਪਤੀ, ਤੁਹਾਡੀ ਕੀ ਪ੍ਰਾਪਤੀ ਹੈ ਸਮਾਜ ਲਈ, ਤੁਸੀਂ ਕੀ ਕਰ ਰਹੇ ਹੋ, ਬਿਲਕੁਲ, ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ, ਪੰਜਾਬ ਲਈ ਕੀ ਕਰ ਰਹੇ ਹੋ ਤੁਸੀਂ, ਮਤਲਬ ਉਹ ਹੈ ਹੀ ਨਹੀਂ ਕੁਛ। ਹੁਣ ਜਵਾਕ ਨੇ, ਬੱਚੇ ਨੇ, ਮੈਂ ਬਾਲਾ ਪਿਆਰ ਕਰਦਾ ਇਹਨਾਂ ਨੂੰ, ਇਹ ਜਿਹੜੇ ਗਾਇਕ ਬਣਨਾ ਚਾਹੁੰਦੇ ਨੇ, ਗੀਤਕਾਰ ਬਣਨਾ ਚਾਹੁੰਦੇ ਨੇ, ਐਕਟਰ ਬਣਨਾ ਚਾਹੁੰਦੇ ਨੇ, ਨਸ਼ੇ ਕਰਦੇ ਨੇ, ਚਾਹੇ ਉਹ ਗੈਂਗਸਟਰਾਂ ਦੇ ਪਿੱਛੇ ਲੱਗੇ ਨੇ, ਮੈਨੂੰ ਸਾਰੇ ਹੀ ਬਹੁਤ ਪਿਆਰੇ ਨੇ, ਕਿਉਂਕਿ ਸਾਡੇ ਜਵਾਕ ਨੇ, ਸਾਡੇ, ਬਿਲਕੁਲ, ਔਰ ਅਸੀਂ, ਸਾਨੂੰ ਸਟੇਟ ਨੇ ਇਹਨਾਂ ਜਿਹੜੀਆਂ ਤਾਕਤਾਂ ਨੇ ਸਾਨੂੰ ਇਹੋ ਜਿਹੇ ਥਾਂ 'ਤੇ ਲਿਆ ਕੇ ਖੜਾ ਤਾ ਕਿ ਅਸੀਂ ਆਪਦੇ ਜਵਾਕਾਂ ਖਾਤਰ ਫਿਕਰਮੰਦ ਹੀ ਹੋ ਸਕਦੇ ਹਾਂ, ਕਰ ਕੁਛ ਨਹੀਂ ਸਕਦੇ, ਕੀ ਕਰੋਗੇ ਦੱਸੋ ਤੁਸੀਂ, ਬਿਲਕੁਲ, ਤੁਸੀਂ ਕਹਿੰਦੇ ਬਾਹਰ ਭੇਜ ਦਿਓ, ਬਾਹਰ ਬਚ ਜਾ ਕੇ ਕੀ ਬਚ ਜੂਗਾ ਜਵਾਕ, ਹਾਂਜੀ, ਇਹ ਗੱਲ ਦਾ ਕੀ ਮਤਲਬ, ਕੋਈ ਕਹਿੰਦਾ ਮੁੰਡਾ ਖਰਾਬ ਹੋ ਗਿਆ ਜੀ ਇਹਦਾ ਵਿਆਹ ਕਰ ਦਿਓ, ਹਾਂਜੀ, ਦੱਸੋ, ਬਿਲਕੁਲ, ਮਤਲਬ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਆ, ਕਿਸੇ ਦੀ ਧੀ ਦੀ ਵੀ ਜ਼ਿੰਦਗੀ ਬਰਬਾਦ ਕਰੂਗਾ, ਸਹੀ ਗੱਲ, ਮਤਲਬ ਉਲਝਿਆ ਪਿਆ, ਕੋਈ ਸੋਚ ਨਹੀਂ ਰਿਹਾ ਕਿਸੇ ਗੱਲ ਬਾਰੇ, ਹਰ ਕਿਸੇ ਨੂੰ ਕੋਈ ਧਰਮ ਨੂੰ ਵੇਚ ਰਿਹਾ, ਕੋਈ ਰਾਜਨੀਤੀ ਨੂੰ ਵੇਚ ਰਿਹਾ, ਉਵੇਂ ਹੀ ਜਿਵੇਂ ਕੋਈ ਜ਼ਮੀਨ ਨੂੰ ਵੇਚ ਰਿਹਾ ਤੇ ਕੋਈ ਜ਼ਮੀਰ ਨੂੰ ਵੇਚ ਰਿਹਾ, ਬਿਲਕੁਲ ਬਿਲਕੁਲ, ਇਸ ਸਾਰੇ ਰੋਲ ਭਚੋਲੇ ਦੇ ਵਿੱਚ
ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ, ਜਿਹੜੇ ਦਰਦਮੰਦ ਨੇ, ਉਹ ਬਹੁਤ ਹੈਗੇ ਆ। ਇਹ ਨਹੀਂ ਕਿ ਉਹ ਹੈ ਨਹੀਂ ਗੇ, ਪਰ ਗੱਲ ਇਹ ਆ ਕਿ ਜਦੋਂ ਲਹਿਰ ਨਹੀਂ ਹੁੰਦੀ, ਕੋਈ ਰਹਿਨੁਮਾ ਨਹੀਂ ਹੁੰਦਾ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਕਰਨਾ ਕੀ ਆ, ਉਦੋਂ ਫਿਰ ਤੁਸੀਂ ਗਾਹਾਂ ਹੋਰ ਗੱਲਾਂ ਕਰਦੇ ਹੋ। ਤੁਸੀਂ ਭਗਤ ਸਿੰਘ ਦੀ ਫੋਟੋ ਲਾ ਕੇ ਕਰਦੇ ਹੋ, ਆ ਜਾ ਭਗਤ ਸਿੰਘ, ਜਾਂ ਤੁਸੀਂ ਫੋਟੋ ਨਹੀਂ ਲੱਗਦਾ ਫੇਰ ਆਉਣਾ ਪਊ। ਕਦੇ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਾ ਕੇ ਕਰਦੇ ਹੋ, ਤੁਸੀਂ ਆ ਜਾਓ ਯਾਰ, ਇਹ ਕੀ ਗੱਲ ਆ? ਉਹ ਆਪਣਾ ਕੰਮ ਕਰਕੇ ਲੱਖਾਂ ਦੀ ਆਵਾਮ ਚੋਂ ਕੋਈ ਨਵੇਂ ਚਿਹਰੇ ਤੁਸੀਂ ਤੁਸੀਂ ਕਰੋ ਨਾ, ਹੁਣ ਬਾਕੀ ਦਾ ਕੰਮ ਤੁਸੀਂ ਕਰੋ। ਹਾਂਜੀ, ਪਰ ਕਿਉਂਕਿ ਤੁਹਾਨੂੰ ਇੰਨਾ ਜ਼ਿਆਦਾ ਗੰਦਲਾ ਆਤਾ, ਹਾਂਜੀ, ਇਹਨਾਂ ਨੇ, ਇਹਨਾਂ ਦੀ ਸਾਰੀ ਕੋਸ਼ਿਸ਼ ਇਸ 'ਤੇ ਸੀ, ਸਟੇਟ ਦੀ ਸਾਰੀ ਕੋਸ਼ਿਸ਼ ਇਸ 'ਤੇ ਸੀ, ਉਹਦੇ 'ਚ ਸੋਸ਼ਲ ਮੀਡੀਆ ਤੋਂ ਲੈ ਕੇ, ਟੀਵੀ ਤੋਂ ਲੈ ਕੇ, ਹਰ ਚੀਜ਼ ਤੋਂ ਲੈ ਕੇ, ਪਰ ਉਹ ਆਪਣੇ ਗੱਲ ਦੇ ਵਿੱਚ ਕਾਮਯਾਬ ਨੇ। ਹਾਂਜੀ, ਕੱਲ੍ਹ ਮੈਂ ਇੱਕ ਖਬਰ ਪੜ੍ਹੀ ਕਿ ਕਿਤਾਬਾਂ ਵਾਲੇ ਦੁਕਾਨ ਨੇ ਕਿਤਾਬਾਂ ਦਾ ਕੰਮ ਛੱਡ ਕੇ ਫੁੱਲ ਵੇਚਣ ਲੱਗ ਗਿਆ, ਪਟਿਆਲੇ ਦੀ ਵੀ ਖਬਰ ਸੀ। ਅੱਛਾ ਜੀ, ਤੁਸੀਂ ਕਿਸੇ ਮਾਲ 'ਚ ਜਾ ਕੇ ਦੇਖ ਲਓ, ਤੁਹਾਨੂੰ ਕਿਤਾਬਾਂ ਦੀ ਦੁਕਾਨ ਥੋੜ੍ਹੀ ਮਿਲੂਗੀ ਉੱਥੇ, ਕਿਸੇ ਵੱਡੀ ਮਾਰਕੀਟ ਜਾ ਕੇ ਦੇਖ ਲਓ। ਮੈਨੂੰ ਪੁੱਛਦੇ ਨੇ ਮੁੰਡੇ ਜਵਾਕ, ਉਹ ਪੁੱਛਦੇ ਹੁੰਦੇ ਬਾਈ ਜੀ ਕਿਤਾਬ ਲੈਣੀ ਹੈ ਕਿੱਥੋਂ ਮਿਲੂਗੀ, ਉਹਦੇ ਸ਼ਹਿਰ ਦੀ ਕਿਤਾਬਾਂ ਦੀ ਦੁਕਾਨ ਮੈਂ ਦੱਸਦਾ, ਕਿਸੇ ਹੋਰ ਸ਼ਹਿਰ 'ਚ ਬੈਠਾ, ਬਿਲਕੁਲ, ਪਰ ਫਿਰ ਵੀ ਕਿਤਾਬਾਂ ਛਾਪ ਰਹੀਆਂ ਨੇ, ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਪੁਸਤਕ ਮੇਲੇ ਲੱਗਦੇ ਨੇ। ਅਸੀਂ ਨੈਗੇਟਿਵ ਨਹੀਂ ਗੇ, ਅਸੀਂ ਪੋਜ਼ਿਟਿਵ ਹਾਂ, ਅਸੀਂ ਨਕਾਰਾਤਮਕ ਨਹੀਂ ਸੋਚਦੇ, ਅਸੀਂ ਸਕਾਰਾਤਮਕ ਸੋਚਦੇ ਹਾਂ ਕਿ ਉਹ ਲੋਕ ਵੀ ਹੈਗੇ ਜਿਹੜੇ ਕਿਤਾਬਾਂ ਲਿਖਦੇ ਨੇ, ਉਹ ਵੀ ਹੈਗੇ ਜੋ ਪੜ੍ਹਦੇ ਨੇ, ਬਿਲਕੁਲ, ਹੈ ਨਾ। ਮੈਨੂੰ ਉਹ ਲੋਕ ਵੀ ਪਿਆਰੇ ਨੇ, ਜਦੋਂ ਕਿ ਮੈਂ PDF ਨਹੀਂ ਪੜ੍ਹਦਾ, ਜੇ ਮੈਨੂੰ PDF ਮਿਲ ਵੀ ਜਾਵੇ ਤਾਂ ਉਹਦਾ ਮੈਂ ਪ੍ਰਿੰਟ ਕਢਾ ਕੇ ਪੜ੍ਹੂੰਗਾ, ਬਿਲਕੁਲ, ਪਰ ਕਿਤਾਬਾਂ ਪੜ੍ਹੀਆਂ ਜਾ ਰਹੀਆਂ ਨੇ, ਲਿਖੀਆਂ ਜਾ ਰਹੀਆਂ ਨੇ, ਸਾਹਿਤ ਦੀ ਗੱਲ ਹੋ ਰਹੀ ਆ, ਪੰਜਾਬ ਦੀ ਸਮੱਸਿਆ ਬਾਰੇ ਗੱਲ ਹੋ ਰਹੀ ਆ, ਇਹ ਸਾਰਾ ਕੁਛ ਵੀ ਹੋ ਰਿਹਾ। ਹਾਂਜੀ, ਪਰ ਇਹ ਓਨਾ ਨਹੀਂ ਹੋ ਰਿਹਾ ਹਾਲੇ ਜਿੰਨਾ ਹੋਣਾ ਚਾਹੀਦਾ ਸੀ, ਪਰ ਅਸੀਂ ਇਸ 'ਤੇ ਹੀ ਜਿਹੜੇ ਆ ਉਹ ਸਾਡਾ ਵਿਸ਼ਵਾਸ ਹੈ ਕਿ ਆਉਣ ਵਾਲਾ ਟਾਈਮ ਦੇ ਵਿੱਚ ਲੋਕਾਂ ਨੂੰ ਕਿਉਂਕਿ ਜਦੋਂ ਤੁਹਾਡੇ ਹੜ ਆ, ਹੜ ਜਦੋਂ ਤੁਹਾਡੇ ਅੰਦਰ ਆ ਗਿਆ ਨਾ, ਹਾਂਜੀ, ਘਰਾਂ 'ਚ ਵੜ ਗਿਆ, ਫਿਰ ਕੀ ਕਰੋਗੇ? ਬਿਲਕੁਲ, ਛੱਤ 'ਤੇ ਚੜ ਜਾਓਗੇ, ਜੇ ਛੱਤ ਡਿੱਗ ਪਈ ਫਿਰ ਕੀ ਕਰੋਗੇ? ਬਿਲਕੁਲ, ਫਿਰ ਤਰੋਂਗੇ ਨਾ, ਉਹਨਾਂ ਲਹਿਰਾਂ ਦਾ ਵਿਰੋਧ ਕਰੋਗੇ ਨਾ, ਹਾਂਜੀ, ਇਹ ਤੁਹਾਨੂੰ ਕਰਨਾ ਹੀ ਪਊਗਾ। ਬਿਲਕੁਲ, ਅੱਗ ਅੰਨੀ ਹੈ, ਜ਼ਾਲਮ ਹੈ, ਮੂੰਹ ਜ਼ੋਰ ਹੈ, ਇਹ ਨਾ ਸਮਝੀ ਕਿ ਬਲਦਾ ਕੋਈ ਹੋਰ ਹੈ, ਬਾਈ ਗੁਰਤੇਜ ਕੁਹਾਰ ਵਾਲਾ ਦਾ ਸ਼ੇਰ। ਲਾਂਬੂ ਇੱਧਰ ਦੀ ਲੰਘੇ ਜਦੋਂ ਟਹਿਲਦੇ, ਖੌਰੇ ਕਿੰਨਾ ਬਰੂਹਾਂ 'ਚ ਰੁਕ ਜਾਣਗੇ, ਮਤਲਬ ਸਾਡੇ ਕੋਲ ਵੀ ਟੁੱਕ ਸਕਦੇ, ਹਾਂ, ਕਿਸੇ ਦੇ ਵੀ ਹੋ ਸਕਦੇ, ਲੱਗੀ ਜੇ ਤੇਰੇ ਕਾਲ ਜੇ ਛੁਰੀ ਨਹੀਂ, ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ, ਪਾਤਰ ਸਾਹਿਬ ਦਾ ਸ਼ੇਰ। ਬਿਲਕੁਲ, ਮਤਲਬ ਤੁਸੀਂ ਕਿਵੇਂ ਆਪਦੇ ਆਪ ਨੂੰ ਬੇਲਾਗ ਕਰ ਸਕਦੇ ਹੋ? ਮੈਂ ਆਪਣੇ ਆਪ ਨੂੰ ਬੇਲਾਗ ਨਹੀਂ ਸਮਝਦਾ, ਮੈਂ ਇਸ ਸਾਰੇ ਦੇ ਵਿੱਚ ਉਵੇਂ ਹੀ ਸ਼ਾਮਿਲ ਹਾਂ ਜਿਵੇਂ ਇੱਕ ਚੇਤਨ ਇਮਾਨਦਾਰ ਪੰਜਾਬੀ ਨੂੰ ਹੋਣਾ ਚਾਹੀਦਾ। ਬਿਲਕੁਲ, ਤੁਹਾਡੀ ਪ੍ਰਾਪਤੀ ਨਾਲ ਮਤਲਬ ਜਿੰਨੀਆਂ ਮੈਨੂੰ ਲੱਗਦਾ ਵੀ ਗੱਲਾਂ ਕਰੀਏ ਥੋੜ੍ਹੀਆਂ ਨੇ। ਹੁਣ ਤੁਸੀਂ ਲਹਿਰ ਦੀ ਗੱਲ ਕਰਦੇ ਹੋ, ਹੈ ਨਾ, ਫਿਰ ਇੱਕ ਲਹਿਰ ਇਹੋ ਜਿਹੀ ਵੀ ਸੀ ਜਿਹਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਖੜਕੂਵਾਦ ਲਹਿਰ ਕਹਿ ਦਿੰਦੇ ਹਾਂ। ਤੁਸੀਂ ਫਿਲਮ ਬਣਾਈ ਰਾਤ, ਬਿਲਕੁਲ ਉਹੀ ਦੁਖਾਂਤ ਸੀ ਜਿਹੜਾ ਸਿੰਘਾਂ ਸ਼ਹੀਦਾਂ ਦਾ ਕਹਿ ਸਕਦੇ ਹਾਂ, 84 ਦਾ ਕਹਿ ਸਕਦੇ ਹਾਂ। ਉਸ ਲਹਿਰ 'ਤੇ ਤੁਸੀਂ ਲਿਖਦੇ ਹੋ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੜ੍ਹੀਆਂ ਨੇ, ਉਹਨਾਂ ਚੀਜ਼ਾਂ ਨੂੰ ਨੇੜਿਓਂ ਤੁਸੀਂ ਵਾਚਿਆ ਹੈ। ਪੰਜਾਬੀ ਸਿਨੇਮਾ ਇੱਕ 84 ਦੇ ਦੁਖਾਂਤ ਤੋਂ ਇਲਾਵਾ ਜਾਂ ਤੁਹਾਡੀ ਫਿਲਮ ਰਾਤ ਤੋਂ ਇਲਾਵਾ ਇਹੋ ਜਿਹੇ ਜਿਹੜੇ ਮੁੱਦੇ ਨੇ ਉਹਨਾਂ 'ਤੇ ਕੰਮ ਕਿਉਂ ਨਹੀਂ ਕਰ ਰਿਹਾ?